ਸਤਿ ਸ਼੍ਰੀ ਅਕਾਲ ਦੋਸਤੋ ਮੈਂ ਦਰਸ਼ਨ ਸਿੰਘ ਦਰਸ਼ਕ ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਜੋ ਪ੍ਰਮੁੱਖ ਖਬਰਾਂ ਨੇ ਜੋ ਪੂਰੇ ਹਿੰਦੁਸਤਾਨ ਦੇ ਮੀਡੀਆ ਦੇ ਵਿੱਚ ਨੇ ਪੰਜਾਬ ਦੇ ਮੀਡੀਆ ਤੇ ਨੇ ਤੇ ਕਮੰਤਰੀ ਪੱਧਰ ਦੇ ਉੱਤੇ ਵੀ ਉਹਨਾਂ ਖਬਰਾਂ ਦੇ ਉੱਤੇ ਸੁਰਖੀਆਂ ਪੇਸ਼ ਕੀਤੀਆਂ ਗਏ ਨੇ ਉਹਨਾਂ ਵਿੱਚ ਪ੍ਰਮੁੱਖ ਖਬਰ ਇਹ ਹੈ ਕਿ ਕੱਲ ਰਾਖਵਾ ਕਰਨ ਦੇ ਵਿੱਚ ਰਾਖਵਾ ਕਰਨ ਤੋਂ ਇਲਾਵਾ ਕ੍ਰੀਮੀ ਲੇਅਰ ਦੇ ਉੱਤੇ ਸੁਪਰੀਮ ਕੋਰਟ ਦਾ ਜੋ ਫੈਸਲਾ ਆਇਆ ਉਸ ਸਬੰਧ ਵਿੱਚ ਜੋ ਬੰਦ ਦਾ ਸਰਦਾ ਦਿੱਤਾ ਗਿਆ ਸੀਗਾ ਉਸ ਦਾ ਕਿਸ ਤਰੀਕੇ ਦੇ ਨਾਲ ਅਸਰ ਰਿਹਾ ਕੌਣ ਕੌਣ ਪਾਰਟੀਆਂ ਕਿਹੜੀ ਕਿਹੜੀ ਪਾਰਟੀਆਂ ਇਸ ਅਫਰੋਧ ਕਰ ਰਹੀਆਂ ਸੀਗੀਆਂ ਤੇ ਇਸ ਦੇ ਉੱਤੇ ਆਪਾਂ ਇੱਕ ਨਜ਼ਰ ਮਾਰਾਂਗੇ ਤੇ ਇਸ ਦੇ ਉੱਤੇ ਟਿੱਪਣੀ ਵੀ ਕਰਾਂਗੇ ਤੇ ਵਿਸਥਾਰ ਵਿੱਚ ਦਵਾਂਗੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ 8 ਵਿਰਾਸਤੀ ਕਾਲਜਾਂ ਨੂੰ ਖੁਦਮੁਖਤਾਰ ਬਣਾਉਣ ਦੀ ਦਾ ਜਿਹੜਾ ਫੈਸਲਾ ਲਿਆ ਜਾਣਾ ਸੀਗਾ ਉਹ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ ਤੇ ਇਸ ਸਬੰਧ ਵਿੱਚ ਮੁੱਖ ਮੰਤਰੀ ਭਗਵੰਤ ਮਾਨਾ ਨੇ ਵਿਸ਼ੇਸ਼ ਤੌਰ ਤੇ ਇਹ ਹਦਾਇਤਾਂ ਦਿੱਤੀਆਂ ਨੇ ਕਿ UGC ਵੱਲੋਂ ਇਹ ਜੋ ਫੈਸਲਾ ਲਿਆ ਗਿਆ ਸੀਗਾ ਜਾਂ ਮਤਲਬ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਸੀਗੀ ਉਸ ਨੂੰ ਹਲੇ ਲਾਗੂ ਕੀਤਾ ਜਾਊਗਾ ਇਸ ਤੋਂ ਇਲਾਵਾ ਅੱਜ ਕਿਸਾਨਾਂ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਚ ਸੁਣਵਾਈ ਹੈ ਸਰਕਾਰ ਵੱਲੋਂ ਰਿਪੋਰਟ ਦਿੱਤੀ ਜਾਊਗੀ ਕਿ ਜੋ ਗੱਲਬਾਤ ਕਿਸਾਨਾਂ ਨਾਲ ਹੋਈ ਹੈ ਇਹ ਬਾਰਡਰ ਜਿਹੜਾ ਸ਼ੰਭੂ ਬਾਰਡਰ ਆ ਉਹ ਖੋਲਣਾ ਹੈ ਉਸ ਸਬੰਧ ਵਿੱਚ ਕੀ ਕੁਝ ਹੋਇਆ ਜਾਂ ਕੀ ਕੁਝ ਹੋਣ ਦੀ ਸੰਭਾਵਨਾ ਉਹਦੇ ਉੱਤੇ ਵੀ ਗੱਲਬਾਤ ਕਰਾਂਗੇ ਹੋਰ ਬਹੁਤ ਸਾਰੀਆਂ ਖਬਰਾਂ ਨੇ ਪ੍ਰਧਾਨ ਮੰਤਰੀ ਇਸ ਸਮੇਂ ਪੋਲੈਂਡ ਗਏ ਹੋਏ ਨੇ ਉਸ ਤੋਂ ਬਾਅਦ ਯੂਕਰੇਨ ਜਾਣਗੇ ਤੇ ਇਸ ਪਿੱਛੇ ਭਾਰਤ ਦੇ ਦੀ ਕੂਟਨੀਤਕ ਚੁਣੌਤੀ ਜੋ ਹੈ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕੱਲ ਦੇ ਬੰਦ ਦੀ ਬੰਦ ਦੇ ਵਿੱਚ ਖਾਸ ਤੌਰ ਤੇ ਬਿਹਾਰ ਝਾਰਖੰਡ ਜਾਂ ਕਬਾਈਲੀ ਇਲਾਕਿਆਂ ਦੇ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲਿਆ ਅ ਦਰਸ਼ਕੋ ਤੁਹਾਨੂੰ ਦੱਸਦੀ ਹੈ ਕਿ ਇਹ ਬੰਦ ਇਸ ਲਈ ਸੱਦਿਆ ਗਿਆ ਸੀ ਜਾਂ ਇਸ ਦਾ ਇਹ ਬੰਦ ਕੀਤਾ ਗਿਆ ਸੀਗਾ ਇਸ ਦਾ ਕਾਰਨ ਇਹ ਸੀਗਾ ਕਿ ਪਿਛਲੇ ਦਿਨੀ ਸੁਪਰੀਮ ਕੋਰਟ ਨੇ ਇੱਕ ਫੈਸਲਾ ਦਿੱਤਾ ਸੀਗਾ ਉਸ ਫੈਸਲੇ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਰਾਖਵਾ ਕਰਨ ਦੇ ਵਿੱਚ ਰਾਖਵਾ ਕਰਨ ਦਿੱਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਤਜਵੀਜ਼ ਦਿੱਤੀ ਸੀ ਕਿ ਜਿਹੜੀ ਕ੍ਰੀਮੀ ਲੇਅਰ ਹੈ ਜਿਹੜੇ ਲੋਕਾਂ ਨੇ ਇਸ ਰਾਖਵਾ ਕਰਨ ਤੋਂ ਲਾਭ ਉਠਾ ਲਿਆ ਉਸ ਤੋਂ ਬਾਅਦ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਨੇ ਵੀ ਫਾਇਦਾ ਲੈ ਲਿਆ ਤੇ ਉਹਨਾਂ ਨੂੰ ਹੁਣ ਇਸ ਰਾਖਵਾ ਕਰਨ ਤੋਂ ਵੱਖ ਕੀਤਾ ਜਾਵੇ ਇਸ ਵਾਰ ਦੇ ਵਿੱਚ 100 ਦੇ ਕਰੀਬ ਐਸਸੀ ਤੇ ਐਸਟੀ ਜਿਹੜੇ ਮੈਂਬਰ ਪਾਰਲੀਮੈਂਟ ਸੀਗੇ ਜਾਂ ਸਾਬਕਾ ਮੈਂਬਰ ਪਾਰਲੀਮੈਂਟ ਸੀਗੇ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਸੀਗੀ ਤੇ ਸਰਕਾਰ ਨੇ ਕਿਹਾ ਸੀਗਾ ਕਿ ਅਸੀਂ ਕ੍ਰੀਮੀ ਲੇਅਰ ਦਾ ਜੋ ਤਜਵੀਦ ਕੀਤੀ ਗਈ ਆ ਉਸ ਨੂੰ ਲਾਗੂ ਨਹੀਂ ਕਰਾਂਗੇ ਹੁਣ ਆਪਾਂ ਗੱਲ ਕਰਦੇ ਹਾਂ ਇਹ ਬੰਦ ਕਿਉਂ ਹੋਇਆ ਸੀਗਾ ਉਹਦੇ ਵਿੱਚ ਇੱਕ ਤਕਰੀਮੀ ਲੇਅਰ ਦਾ ਮੁੱਦਾ ਤਾਂ ਹੈ ਹੀ ਸੀਗਾ ਤੇ ਦੂਜਾ ਮੁੱਦਾ ਇਹ ਸੀਗਾ ਕਿ ਰਾਖਵਾ ਕਰਨ ਦੇ ਵਿੱਚ ਰਾਖਵਾ ਕਰਨ ਨਹੀਂ ਹੋਣਾ ਚਾਹੀਦਾ ਇਹ ਕਹਿਣਾ ਹੈ ਕੁਝ ਸਿਆਸੀ ਪਾਰਟੀਆਂ ਨੂੰ ਉਹਨਾਂ ਵਿੱਚੋਂ ਪ੍ਰਮੁੱਖ ਪਾਰਟੀ ਭੋਜਨ ਸਮਾਜ ਪਾਰਟੀ ਅਤੇ ਇਸ ਉਲਾਵਾ ਰਾਮ ਵਿਲਾਸ ਪਾਸਵਾਨ ਦੀ ਪਾਰਟੀ ਅਤੇ ਚਿਰਾਗ ਪਾਸਵਾਨ ਜਿਸ ਦੀ ਅਗਵਾਈ ਕਰ ਰਹੇ ਨੇ ਤੇ ਹੋਰ ਕੁਝ ਪਾਰਟੀਆਂ ਨੇ ਵੀ ਇਸ ਮਸਲੇ ਉੱਤੇ ਬੰਦ ਦਾ ਸੱਦਾ ਦਿੱਤਾ ਸੀਗਾ ਤੇ ਇਸ ਗੱਲ ਨੂੰ ਅਸੀਂ ਸਮਝਣ ਦੇ ਵਾਸਤੇ ਤੁਹਾਨੂੰ ਇਹ ਦੱਸੀਏ ਕਿ ਜਿਸ ਤਰੀਕੇ ਦੇ ਨਾਲ ਸਵਰਨ ਜਾਤੀਆਂ ਰਾਖਵਾ ਕਰਨ ਦਾ ਵਿਰੋਧ ਕਰਤੀਆਂ ਨੇ ਉਸੇ ਤਰੀਕੇ ਦੇ ਨਾਲ ਹੁਣ ਜੋ 25% ਰਾਖਵਾ ਕਰਨ ਦਿੱਤਾ ਜਾ ਰਿਹਾ ਹੈ ਖਾਸ ਕਰਕੇ ਅਨੁਸੂਚਿਤ ਜਾਤੀਆਂ ਨੂੰ ਉਹਦੇ ਵਿੱਚ ਵੀ ਰਾਖਵਾ ਕਰਨ ਹੋ ਸਕਦਾ ਹੈ ਪੰਜਾਬ ਦੇ ਵਿੱਚ ਵੀ ਇਸ ਰਾਖਵਾ ਕਰਨ ਨੂੰ ਲੈ ਕੇ ਕਾਫੀ ਸਮੇ ਤੋਂ ਜਦੋ ਜਹ ਚਲਦੀ ਆ ਰਹੀ ਸੀਗੀ ਪਰ ਗਿਆਨੀ ਜ਼ੈਲ ਸਿੰਘ ਨੇ ਰਾਖਵਾ ਕਰਨ ਦੇ ਵਿੱਚ ਰਾਖਵਾ ਕਰਨ ਕਰਨ ਦੀ ਇੱਕ ਤਜਵੀਜ਼ ਨੂੰ ਜਿਹੜਾ ਹੈਗਾ ਲਾਗੂ ਕੀਤਾ ਸੀਗਾ ਉਹਦੇ ਵਿੱਚ ਇਹ ਸੀਗਾ ਕਿ ਕੁਝ ਜਾਤੀਆਂ ਜੋ ਸੰਪੰਨ ਨੇ ਪੈਸਾ ਉਹਨਾਂ ਕੋਲ ਹੈ ਪੜੀ ਲਿਖਿਆ ਨੇ ਉਹਨਾਂ ਨੇ ਇਸ ਰਾਖਵਾ ਕਰਨ ਦਾ ਜ਼ਿਆਦਾ ਲਾਭ ਉਠਾਇਆ ਤੇ ਜਿਹੜੀਆਂ ਹੋਰ ਸ਼ੋਸ਼ਿਤ ਜਾਤੀਆਂ ਸੀਗੀਆਂ ਉਹਨਾਂ ਨੂੰ ਇਹ ਲਾਭ ਨਹੀਂ ਮਿਲ ਰਿਹਾ ਸੀਗਾ ਇਸੇ ਗੱਲ ਕਰਕੇ ਗਿਆਨੀ ਜੈਤ ਸਿੰਘ ਉਹਨਾਂ ਨੇ ਜਿਹੜਾ 25% ਰਾਖਵਾ ਕਰਨ ਸੀਗਾ ਉਹਦੇ ਵਿੱਚ 50% ਜਿਹੜਾ ਰਾਖਵਾ ਕਰਨ ਮੱਜਬੀ ਸਿੱਖ ਤੇ ਧਾਰਮਿਕ ਭਾਈਚਾਰੇ ਨੂੰ ਦੇ ਦਿੱਤਾ ਸੀਗਾ ਤੇ ਬਾਕੀ ਦਾ ਰਾਖਵਾ ਕਰਨ ਹੋਰ ਅਨਸੂਚੀ ਜਾਤੀਆਂ ਨੂੰ ਦਿੱਤਾ ਸੀਗਾ ਜਿਹੜੀ ਹੋਰ ਅਨਸੂਚੀ ਜਾਤੀ ਅਸੀਂ ਜਿਹਨਾਂ ਚ ਰਮਦਾਸੀਆ ਭਾਈਚਾਰਾ ਰਵਿਦਾਸੀਆ ਭਾਈਚਾਰਾ ਤੇ ਉਹਨਾਂ ਨੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਹੋਈ ਸੀਗੀ ਤੇ ਇਸ ਤੋਂ ਇਲਾਵਾ ਹੋਰਨਾ ਰਾਜਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਫੈਸਲੇ ਚੱਲ ਰਹੇ ਸੀਗੇ ਤੇ ਸੁਪਰੀਮ ਕੋਰਟ ਨੇ ਇਸ ਦੀ ਸੁਣਵਾਈ ਕੀਤੀ ਸੀਗੀ ਤੇ ਸੁਪਰੀਮ ਕੋਰਟ ਨੇ ਇਹ ਫੈਸਲਾ ਲਿਆ ਕਿ ਜਿਹੜਾ ਖਾਸ ਤੌਰ ਤੇ ਰਾਖਮਕਰਨ ਦੇ ਵਿੱਚ ਰਾਖਮਕਰਨ ਲਾਗੂ ਹੋ ਸਕਦਾ ਹੈ ਤੇ ਸੰਭਾਵਨਾ ਇਹ ਸੀ ਜਾਂ ਖਦਸ਼ੇ ਸੀਗੇ ਕਿ ਪੰਜਾਬ ਦੇ ਵਿੱਚ ਇਹ ਵੱਡਾ ਟਕਰਾਅ ਹੋਊਗਾ ਕਿਉਂਕਿ ਇੱਥੇ ਇਹ ਪ੍ਰਮੁੱਖ ਮੁੱਦਾ ਸੀਗਾ ਕਿਉਂਕਿ ਕੁਝ ਜਾਤੀਆਂ ਜਿਹੜੇ ਹੈਗੇ ਮਜਬੂਤ ਸਿੱਖ ਬਾਲਮੀਕ ਭਾਈਚਾਰੇ ਨੂੰ ਦਿੱਤਾ ਗਿਆ ਰਾਖਮਕਰਨ ਦਾ ਵਿਰੋਧ ਕਰ ਰਹੀਆਂ ਸੀਗੀਆਂ ਤੇ ਇਹ ਇੱਕ ਚੰਗੀ ਗੱਲ ਰਹੀ ਹੈ ਕਿ ਪੰਜਾਬ ਦੇ ਵਿੱਚ ਇਸ ਦਾ ਜਿਆਦਾ ਅਸਰ ਨਹੀਂ ਮਿਲਿਆ ਤੇ ਕੋਈ ਟਕਰਾਅ ਨਜ਼ਰ ਨਹੀਂ ਆਇਆ ਹੈ ਜਦਕਿ ਬਿਹਾਰ ਝਾਰਖੰਡ ਜਾਂ ਹੋਰ ਕਬਾਇਲੀ ਇਲਾਕਿਆਂ ਦੇ ਵਿੱਚ ਇਹ ਕਾਫੀ ਜ਼ਿਆਦਾ ਐ ਇਸਾ ਅਸਰ ਦੇਖਣ ਨੂੰ ਮਿਲਿਆ ਉਹਦੇ ਪਿੱਛੇ ਕਾਰਨ ਇਹ ਹੀ ਹੈ ਕਿ ਜਿਹੜੀਆਂ ਜਾਤੀਆਂ ਨੂੰ ਇਸ ਰਾਖਵਾ ਕਰਨ ਤੋਂ ਵੱਧ ਲਾਭ ਮਿਲ ਰਿਹਾ ਸੀਗਾ ਉਹਨਾਂ ਨੂੰ ਇਹ ਲੱਗਦਾ ਹੈ ਕਿ ਜੇਕਰ ਰਾਖਵਾ ਕਰਨ ਦੇ ਵਿੱਚ ਰਾਖਵਾ ਕਰਨ ਲਗੂ ਹੁੰਦਾ ਹੋਰ ਰਾਜਵੀ ਕਰਤੇ ਆ ਤਾਂ ਉਹਨਾਂ ਦੇ ਹੱਕ ਹੱਕਾਂ ਦੇ ਉੱਤੇ ਜਿਹੜਾ ਹੈਗਾ ਡਾਕਾ ਪੈ ਸਕਦਾ ਜਾਂ ਆਪਾਂ ਕਹਿੰਦੇ ਹਾਂ ਉਹ ਪ੍ਰਭਾਵਿਤ ਹੋ ਸਕਦੇ ਆ ਇਹ ਇਸ ਗੱਲ ਕਰਕੇ ਇਹ ਜਿਹੜਾ ਹੈਗਾ ਰੱਖਵਾ ਕਰਨ ਦੀ ਜਿਹੜਾ ਫੈਸਲਾ ਸੀਗਾ ਉਸ ਦੇ ਖਿਲਾਫ ਇਹ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ ਅਗਲੀ ਗੱਲ ਆਪਾਂ ਪੰਜਾਬ ਨਾਲ ਕਰਦੇ ਆਂ ਪੰਜਾਬ ਦੇ ਵਿੱਚ ਇਸ ਵਾਰ ਇੱਕ ਚੰਗੀ ਗੱਲ ਇਹ ਲੈ ਕੇ ਕਾਲਜਾਂ ਦੇ ਵਿੱਚ ਸਟੂਡੈਂਟ ਦੀ ਗਿਣਤੀ ਵਧੀ ਹੈ ਪਰ ਨਾਲ ਨਾਲ ਜਿਹੜੀ ਬਹੁਤ ਹੀ ਚਿੰਤਾ ਵਾਲੀ ਗੱਲ ਚੱਲ ਰਹੀ ਸੀ ਉਹ ਇਹ ਸੀਗੀ ਕਿ ਪੰਜਾਬ ਦੇ 8 ਵਿਰਾਸਤੀ ਕਾਲਜਾਂ ਨੂੰ ਖੁਦ ਮੁਖਤਾਰ ਬਣਾਉਣ ਦੀ ਇੱਕ ਯੋਜਨਾ ਸੀ ਇਸ ਸਬੰਧ ਵਿੱਚ ਪੰਜਾਬ ਦੀ ਉੱਚ ਸਿੱਖਿਆ ਵਿਭਾਗ ਨੇ ਇਸ ਗੱਲ ਦਾ ਫੈਸਲਾ ਵੀ ਕੀਤਾ ਸੀਗਾ ਤੇ ਇਸ ਸਬੰਧ ਵਿੱਚ ਜਿਹੜੀ ਵਿਰੋਧੀ ਧਿਰਾਂ ਨੇ ਉਨਾਂ ਵੱਲੋਂ ਇਹ ਵਿਰੋਧ ਕੀਤਾ ਜਾ ਰਿਹਾ ਸੀਗਾ ਕਿ ਇਹਨਾਂ ਕਾਲਜਾਂ ਨੂੰ ਖੁਦਮੁਖਤਾਰ ਬਣਾਇਆ ਜਾਵੇ ਖੁਦਮੁਖਤਾਰ ਬਣਾਉਣ ਦਾ ਇਹ ਜੋ UGC ਨੇ 1 April ਨੂੰ 1 April ਨੂੰ ਜਿਹੜਾ ਹੈ 2022 ਦੇ ਵਿੱਚ ਇਹ ਨੋਟੀਫਿਕੇਸ਼ਨ ਜਾਰੀ ਕੀਤੀ ਸੀਗੀ ਜਿਹਦੇ ਵਿੱਚ ਇਹ ਖਾਸ ਕਰਕੇ ਸੂਬਾ ਸਰਕਾਰਾਂ ਨੂੰ ਕਿਹਾ ਸੀਗਾ ਕਿ ਕਾਲਜਾਂ ਨੂੰ ਖੁਦਮੁਖਤਾਰ ਬਣਾਉਣ ਦਾ ਇਜਾਜ਼ਤ ਦਿੱਤੀ ਜਾਵੇ ਉਹਦੇ ਵਿੱਚ ਇਹ ਸੀਗਾ ਕਿ ਜੇਕਰ ਕਾਲਜਾਂ ਨੂੰ ਖੁਦ ਮੁਕਤਾਰ ਦਿੱਤਾ ਜਾਂਦਾ ਹੈ ਤਾਂ ਉਹਦੇ ਵਿੱਚ ਇੱਕ ਤਾਂ ਇਹ ਹੈ ਕਿ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਸਹਾਇਤਾ ਨਹੀਂ ਦਿੱਤੀ ਜਾਂਦੀ ਸੀਗੀ ਤੇ ਦੂਜਾ ਇਹ ਸਿਗਾ ਕਿ ਉਹ ਖੁਦ ਮੁਖਤਾਰ ਹੁੰਦੇ ਆ ਤਾਂ ਉਹਨਾਂ ਨੂੰ ਆਪਣਾ ਖਰਚਾ ਆਪ ਉਠਾਉਣਾ ਪੈਂਦਾ ਪੈਣਾ ਸੀਗਾ ਇਹਦੇ ਕਰਕੇ ਜਿਹੜੇ ਗਰੀਬ ਬੱਚੇ ਨੇ ਉਹਨਾਂ ਦੀ ਪੜ੍ਹਾਈ ਦਾ ਨੁਕਸਾਨ ਹੋਣਾ ਸੀਗਾ ਕਿਉਂਕਿ ਸਰਕਾਰੀ ਕਾਲਜਾਂ ਦੇ ਵਿੱਚ ਇਹ ਐਜੂਕੇਸ਼ਨ ਮੁਫਤ ਦਿੱਤੀ ਜਾਂਦੀ ਹੈ ਇਸ ਸਬੰਧ ਵਿੱਚ ਪੰਜਾਬ ਦੇ ਇਹ ਸੰਸਦ ਜੋ ਪਟਿਆਲਾ ਤੋਂ ਜਿੱਤੇ ਨੇ ਡਾਕਟਰ ਧਰਮਵੀਰ ਗਾਂਧੀ ਨੇ ਵੀ ਕਿਹਾ ਸੀਗਾ ਕਿ ਜੇਕਰ ਸਰਕਾਰ ਨੇ ਇਹ ਫੈਸਲਾ ਵਾਪਸ ਨਾ ਲਿਆ ਤਾਂ ਉਹ ਅੰਦোলন ਕਰਨਗੇ ਕਿਉਂਕਿ ਇਸ ਫੈਸਲੇ ਦੇ ਨਾਲ ਖਾਸ ਕਰਕੇ ਗਰੀਬ ਬੱਚਿਆਂ ਦਾ ਨੁਕਸਾਨ ਹੁੰਦਾ ਹੈ ਤੇ ਇਸ ਸਬੰਧ ਵਿੱਚ ਹੁਣ ਭਗਵੰਤ ਮੱਖ ਮੰਤਰੀ ਨੇ ਇਹ ਫੈਸਲਾ ਲਿਆ ਕਿ ਹਾਲ ਦੀ ਕੜੀ ਇਹਨਾਂ ਕਾਲਜਾਂ ਨੂੰ ਖੁਦ ਮੁਕ्तार ਨਹੀਂ ਬਣਾਇਆ ਜਾਏਗਾ ਤੇ ਸਰਕਾਰ ਆਪਣੇ ਵੱਲੋਂ ਇਹਨਾਂ ਕਾਲਜਾਂ ਨੂੰ ਸਹਾਇਤਾ ਦਿੰਦੀ ਰਹੂਗੀ ਤੇ ਇਹ ਸਬੰਧ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਇਸ ਸਮੇਂ ਜਿਹੜੇ ਪ੍ਰਾਈਵੇਟ ਕਾਲਜਸ ਨੇ ਯੂਨੀਵਰਸਿਟੀਆਂ ਨੇ ਉਹਨਾਂ ਵੱਲੋਂ ਇੱਕ ਇੱਕ ਸਮੈਸਟਰ ਦੀ ਫੀਸ ਇੱਕ ਇੱਕ ਲੱਖ ਤੋਂ ਵੀ ਜ਼ਿਆਦਾ ਲਈ ਜਾਂਦੀ ਹੈ ਤੇ ਇੱਕ ਡਿਗਰੀ ਤਕਰੀਬਨ 6 ਤੋਂ 8 ਲੱਖ ਰੁਪਏ ਦੇ ਵਿੱਚ ਹੁੰਦੀ ਹੈ ਤੇ ਇਸ ਤੋਂ ਇਲਾਵਾ ਹੋਰ ਜਿਹੜੇ ਖਰਚੇ ਹੁੰਦੇ ਪ੍ਰਾਈਵੇਟ ਤੌਰ ਤੇ ਉਹ ਲੱਗ ਹੁੰਦੇ ਨੇ ਇਸੇ ਤਰੀਕੇ ਦੇ ਨਾਲ ਕਾਲਜਾਂ ਦੇ ਵਿੱਚ ਵੀ ਇਹੀ ਕੁਝ ਹੋਣ ਵਾਲਾ ਸੀਗਾ ਤੇ ਇਸ ਗੱਲ ਕਰਕੇ ਜਿਹੜੇ ਗਰੀਬ ਸਟੂਡੈਂਟ ਨੇ ਜਿਨ੍ਹਾਂ ਦੀ ਫੀਸਾਂ ਵੀ ਮਾਫ਼ ਹੋ ਜਾਂਦੀਆਂ ਨੇ ਜਾਂ ਆਪਾਂ ਇਹ ਕਹਿ ਸਕਦੇ ਹਾਂ ਜਿਹੜੇ ਸਰਕਾਰੀ ਕਾਲਜ ਹੁੰਦੇ ਨੇ ਉਹਨਾਂ ਦੀ ਫੀਸਾਂ ਵੀ ਘਟ ਹੁੰਦੀਆਂ ਨੇ ਇਸ ਗੱਲ ਕਰਕੇ ਗਰੀਬ ਵਿਦਿਆਰਥੀ ਉਹਨਾਂ ਵਿੱਚ ਪੜਨ ਦੇ ਸਮਰੱਥ ਹੁੰਦੇ ਨੇ ਜੇ ਪ੍ਰਾਈਵੇਟ ਕਾਲਜਾਂ ਦੇ ਵਿੱਚ ਜਿਹੜੇ ਖੁਦਮਖਤਾਰ ਕਾਲਜ ਬਣ ਗਏ ਉਹਨਾਂ ਦੇ ਵਿੱਚ ਜਦੋਂ ਇਹ ਫੀਸਾਂ ਬਹੁਤ ਜ਼ਿਆਦਾ ਲਈਆਂ ਜਾਣਗੇ ਤਾਂ ਸਟੂਡੈਂਟ ਪੜਨ ਨਹੀਂ ਸਕਣਗੇ ਇਸ ਸਬੰਧ ਵਿੱਚ ਭਗਵਾਨਤਮਾਨ ਮੁੱਖ ਮੰਤਰੀ ਉਹਨਾਂ ਨੇ ਜਿਹੜਾ ਇਹ ਫੈਸਲਾ ਲਿਆ ਹੈ ਇਹ ਸਵਾਗਤਯੋਗ ਹੈ ਹਾਲ ਦੀ ਘੜੀ ਇਹ ਜਿਹੜਾ ਫੈਸਲਾ ਮੁਰਤ ਵੀ ਕਰ ਦਿੱਤਾ ਹੈ ਬਾਕੀ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਹੈ ਅਗਲੀ ਖਬਰ ਆਪਾਂ ਸੁਪਰੀਮ ਕੋਰਟ ਦੀ ਕਰਦੇ ਹਾਂ ਸੁਪਰੀਮ ਕੋਰਟ ਦੇ ਵਿੱਚ ਅੱਜ ਕਿਸਾਨਾਂ ਨੂੰ ਲੈ ਕੇ ਸੁਣਵਾਈ ਹੋਣ ਵਾਲੀ ਹੈ ਉਹਦੇ ਵਿੱਚ ਇਹੀ ਹੈ ਕਿ ਸੁਪਰੀਮ ਕੋਰਟ ਨੇ 10 ਜੁਲਾਈ ਨੂੰ ਇੱਕ ਆਦੇਸ਼ ਜਾਰੀ ਕੀਤਾ ਸੀਗਾ ਜਿਸ ਦੇ ਵਿੱਚ ਹਰਿਆਣਾ ਸਰਕਾਰ ਨੂੰ ਕਿਹਾ ਗਿਆ ਸੀਗਾ ਕਿ ਉਹ ਆਪਣੇ ਵੱਲੋਂ ਜਿਹੜਾ ਇਹ ਸ਼ੰਭੂ ਬਾਰਡਰ ਰੋਕਿਆ ਹੋਇਆ ਉਸ ਨੂੰ ਖੋਲੇ ਤੇ ਇਸ ਸਬੰਧ ਵਿੱਚ ਹੁਣ 43 ਦਿਨਾਂ ਬਾਅਦ ਕੱਲ ਕਿਸਾਨਾਂ ਤੇ ਪੰਜਾਬ ਹਰਿਆਣਾ ਪ੍ਰਸ਼ਾਸਨ ਦੀ ਪਟਿਆਲਾ ਚ ਮੀਟਿੰਗ ਵੀ ਹੋਈ ਹੈ ਉਸ ਮੀਟਿੰਗ ਦੇ ਵਿੱਚ ਕਿਸਾਨਾਂ ਨੇ ਕਿਹਾ ਕਿ ਸਾਨੂੰ ਅਸੀਂ ਇਹ ਰਾਹ ਨਹੀਂ ਰੁਕਿਆ ਹੋਇਆ ਤੁਹਾਨੂੰ ਇਹ ਵੀ ਦੱਸ ਦਈਏ ਕਿ ਸੁਪਰੀਮ ਕੋਰਟ ਨੇ ਇਹ ਵੀ ਫੈਸਲਾ ਕਰ ਲਿਆ ਸੀਗਾ ਤੇ ਇਹ ਹੁਕਮ ਦਿੱਤਾ ਸੀਗਾ ਕਿ ਇਸ ਜਿਹੜਾ ਬਾਰਡਰ ਰੁਕਿਆ ਹੋਇਆ ਉਸ ਨੂੰ ਅੰਸ਼ਕ ਤੌਰ ਤੇ ਖੋਲਿਆ ਜਾਵੇ ਉਸ ਅੰਸ਼ਕ ਤੌਰ ਤੇ ਖੋਲਣ ਦਾ ਮਤਲਬ ਇਹ ਸੀਗਾ ਕੁਝ ਹਿੱਸਾ ਖੋਲਿਆ ਜਾਵੇ ਜਿਸ ਦੇ ਵਿੱਚ ਐਂਬੂਲੈਂਸ ਬਜ਼ੁਰਗ ਮਹਿਲਾਵਾਂ ਤੇ ਬੱਚੇ ਆ ਜਾ ਸਕਣ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਇਹ ਰਾਹ ਨਹੀਂ ਰੁਕਿਆ ਹੋਇਆ ਹੈ ਹਰਿਆਣਾ ਸਰਕਾਰ ਨੇ ਇਹ ਰਾਹ ਰੁਕੇ ਹੈ ਇਸੇ ਗੱਲ ਕਰਕੇ ਕੱਲ ਜਦੋਂ ਕਿਸਾਨਾਂ ਅਤੇ ਪੰਜਾਬ ਤੇ ਹਰਿਆਣਾ ਪ੍ਰਸ਼ਾਸਨ ਦੀ ਮੀਟਿੰਗ ਹੋਈ ਤਾਂ ਕਿਸਾਨਾਂ ਨੂੰ ਇਹ ਗੱਲ ਕਹੀ ਗਈ ਕਿ ਉਹ ਜੇਕਰ ਦਿੱਲੀ ਜਾਣਾ ਚਾਹੁੰਦੇ ਨੇ ਤਾਂ ਬਿਨਾਂ ਟਰੈਕਟਰ ਟਰਾਲੀ ਤੋਂ ਜਾ ਸਕਦੇ ਨੇ ਪਰ ਕਿਸਾਨਾਂ ਨੇ ਕਿਹਾ ਕਿ ਬਿਨਾ ਟਰੈਕਟਰ ਟਰਾਲੀ ਤੋਂ ਉਹ ਨਹੀਂ ਜਾਣਗੇ ਇਸ ਤੋਂ ਇਲਾਵਾ ਕਿਸਾਨਾਂ ਨੇ ਹੁਣ ਇਹ ਵੀ ਤਜਵੀਜ਼ ਦਿੱਤੀ ਹੈ ਕਿ ਉਹ ਗੱਲਬਾਤ ਦਿੱਲੀ ਦੀ ਪੁਲਿਸ ਨਾਲ ਕਰ ਸਕਦੇ ਨੇ ਤੇ ਉਹਨਾਂ ਨੂੰ ਭਰੋਸਾ ਦੇ ਸਕਦੇ ਨੇ ਕਿ ਜੇਕਰ ਉਹ ਦਿੱਲੀ ਜਾਂਦੇ ਨੇ ਤਾਂ ਉੱਥੇ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਬਿਲਕੁਲ ਖਰਾਬ ਨਹੀਂ ਹੋਣ ਦਿੱਤੀ ਜਾਏਗੀ ਹੁਣ ਇਹ ਹੈ ਕਿ ਅੱਜ ਸੁਪਰੀਮ ਕੋਰਟ ਦੇ ਵਿੱਚ ਜੋ ਗੱਲਬਾਤ ਹੋਈ ਹੈ ਜੋ ਕਿ ਅਸਫਲ ਰਹੀ ਹੈ ਉਸ ਗੱਲਬਾਤ ਦੀ ਰਿਪੋਰਟ ਜਿਹੜੀ ਹੈਗਾ ਪ੍ਰਸ਼ਾਸਨ ਵੱਲੋਂ ਜਿਹੜਾ ਹਰਿਆਣਾ ਸਰਕਾਰ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਪੇਸ਼ ਕੀਤੀ ਜਾਊਗੀ ਤੇ ਉਸ ਤੋਂ ਬਾਅਦ ਦੇਖਿਆ ਜਾਊਗਾ ਕਿ ਸੁਪਰੀਮ ਕੋਰਟ ਇਸ ਦੇ ਉੱਤੇ ਕੀ ਫੈਸਲਾ ਦਿੰਦੀ ਹੈ ਤੇ ਉਸ ਵੱਲੋਂ ਕਿਸ ਤਰੀਕੇ ਦੇ ਆਦੇਸ਼ ਦਿੱਤੇ ਜਾਂਦੇ ਕਹੇ ਜਾਂ ਹੁਕਮ ਦਿੱਤੇ ਜਾਂਦੇ ਨੇ ਉਹ ਕਿਸਾਨਾਂ ਨੂੰ ਮੰਨਣ ਯੋਗ ਹੋਣਗੇ ਕਿ ਨਹੀਂ ਹੋਣਗੇ ਤੇ ਪਰ ਇਹ ਹੈ ਕਿ ਇਹ ਜੋ ਗੱਲਬਾਤ ਦਿੱਲੀ ਦੇ ਨਾਲ ਜਾਂ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਨੇ ਕਰਨੀ ਹੈ ਉਹ ਹੋਣੀ ਚਾਹੀਦੀ ਹੈ ਤੇ ਜਦ ਤੱਕ ਇਹ ਖਾਸੌਰ ਤੇ ਘਟੋਕਰ ਸਮਰਥਨ ਮੁੱਲ ਨੂੰ ਲੈ ਕੇ ਕਿਸਾਨ ਅੱਗੇ ਜਾਣਾ ਚਾਹ ਰਹੇ ਨੇ ਪਰ ਹਰਿਆਣਾ ਸਰਕਾਰ ਨੇ ਇਹ ਰਾਹ ਰੋਕਿਆ ਹੋਇਆ ਹੈ ਤੇ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਅੱਜ ਸੁਪਰੀਮ ਕੋਰਟ ਇਸ ਸਬੰਧ ਵਿੱਚ ਕੀ ਹੁਕਮ ਦਿੰਦੀ ਹੈ ਤੇ ਇਸ ਗੱਲ ਦਾ ਇੰਤਜ਼ਾਰ ਰਹੂਗਾ ਤੇ ਦੇਖਾਂਗੇ ਕਿ ਇਹ ਰਾਹ ਖੁੱਲਦਾ ਹੈ ਕਿ ਨਹੀਂ ਰੂਟ ਖੁੱਲਦਾ ਹੈ ਕਿਉਂਕਿ ਇਹਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਪ੍ਰਸ਼ਾਲੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹੁਣ ਗੱਲ ਕਰਦੇ ਹਾਂ ਕੇਂਦਰ ਸਰਕਾਰ ਨੇ ਇੱਕ ਫੈਸਲਾ ਲਿਆ ਸੀਗਾ ਜਾਂ ਯੂਪੀਐਸਸੀ ਨੇ ਜਿਹੜਾ ਫੈਸਲਾ ਲਿਆ ਸੀਗਾ ਜਿਹਦੇ ਵਿੱਚ ਲੈਟਰਲ ਐਂਟਰੀ ਨਿਯੁਕਤੀਆਂ ਕੀਤੀਆਂ ਜਾਣੀਆਂ ਸੀਗਾ ਵੱਡੇ ਵੱਡੇ ਅਧਿਕਾਰੀਆਂ ਦੀਆਂ ਤੇ ਇਸ ਮੱਦੇ ਵਿੱਚ ਖਾਸ ਤੌਰ ਤੇ ਜਿਹੜੀ ਐਨਡੀਏ ਦੇ ਵਿੱਚ ਹੀ ਪਾਰਟੀਆਂ ਦੇ ਜਾਂ ਹੋਰ ਜਿਹੜੇ ਹੋਰ ਲੀਡਰ ਨੇ ਖਾਸ ਤੌਰ ਤੇ ਕਾਂਗਰਸ ਵੀ ਹੈ ਜਦ انڈیا ਗੱਠ ਜੋੜ ਦੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੇ ਇਸ ਇਹਨਾਂ ਨਿਯੁਕਤੀਆਂ ਦਾ ਵਿਰੋਧ ਕੀਤਾ ਸੀਗਾ ਉਹਨਾਂ ਦਾ ਕਹਿਣਾ ਸੀਗਾ ਕਿ ਇਹਦੇ ਨਾਲ ਸਿੱਧੀ ਐਂਟਰੀ ਕਰਵਾਈ ਜਾ ਰਹੀ ਹੈ ਆਈਐਸ ਅਫਸਰਾਂ ਦੀ ਜਬ ਵੱਡੇ ਅਧਿਕਾਰੀਆਂ ਦੀਆਂ ਤੇ ਇਸ ਦੇ ਵਿੱਚ ਰਾਖਵਾ ਕਾਨੂੰਨ ਨજર ਅੰਦਾਜ਼ ਕੀਤਾ ਜਾ ਰਿਹਾ ਹੈ ਉਹਨਾਂ ਦੇ ਹਿੱਤਾਂ ਦੀ ਰਾਖੀ ਨਹੀਂ ਕੀਤੀ ਜਾ ਰਹੀ ਇਸ ਸਬੰਧ ਵਿੱਚ ਫੇਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਕਿੰਦਰ ਸਰਕਾਰ ਨੇ ਇਹ ਫੈਸਲਾ ਲਿਆ ਸੀਗਾ ਤੇ ਉਹਨਾਂ ਨੇ ਯੂਪੀਐਸਸੀ ਨੂੰ ਹੁਕਮ ਦਿੱਤੇ ਸੀਗੇ ਕਿ ਜੋ ਇਹ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਉਸ ਨੂੰ ਵਾਪਸ ਲਿਆ ਜਾਵੇ ਉਸ ਤੋਂ ਬਾਅਦ ਹੁਣ ਫੈਸਲਾ ਇਹ ਹੋਇਆ ਕਿ ਜਿਹੜੇ ਆਈਐਸ ਅਧਿਕਾਰੀਆਂ ਦੀਆਂ ਨਿਯੁਕਤੀਆਂ ਨੇ ਉਹਨਾਂ ਦੀ ਗਿਣਤੀ ਵਧਾਈ ਜਾਵੇ 2012 ਤੋਂ ਲੈ ਕੇ ਹੁਣ ਤੱਕ ਆਈਐਸ ਅਧਿਕਾਰੀਆਂ ਦੀ ਜਿਹੜੀ ਨਿਯੁਕਤੀ ਹੈ ਉਹ 180 ਚੱਲ ਰਹੀ ਹੈ ਤੇ ਉਸ ਤੋਂ ਲੈ ਕੇ ਦੇਖੋ ਹੁਣ 12 ਸਾਲ ਹੋ ਚੁੱਕੇ ਨੇ ਤੇ ਇਹ ਨਿਯੁਕਤੀ ਵਧੀ ਨਹੀਂ ਹੈ 2012 ਤੋਂ ਲੈ ਕੇ ਹੁਣ ਤੱਕ ਹੁਣ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਆਈਐਸ ਦੀ ਜਿਹੜੀ ਹਰ ਸਾਲ ਚੋਣ ਹੁੰਦੀ ਹੈ ਜਿਹਦੇ ਵਿੱਚ ਪੇਪਰ ਦਿੱਤੇ ਜਾਂਦੇ ਅਤੇ ਜਿਹੜੇ ਬੜੀ ਜਿਆਦਾ ਪੜ੍ਹੇ ਲਿਖੇ ਜਿਹੜੇ ਇਹ ਪੇਪਰ ਨੂੰ ਕਰੈਕ ਕਰਦੇ ਨੇ ਉਹਨਾਂ ਦੀਆਂ ਨਿਯੁਕਤੀਆਂ ਕੀਤੀ ਜਾਂਦੀਆਂ ਨੇ ਤੇ ਹੁਣ ਉਹਨਾਂ ਵਿੱਚ ਗਿਣਤੀ ਦੇ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਤੇ ਜਿਹੜੀ ਲੈਟਰਲ ਜਿਹੜੀ ਐਂਟਰੀ ਸੀਗੀ ਉਸ ਸਬੰਧ ਵਿੱਚ ਕਈ ਤਰ੍ਹਾਂ ਦੀਆਂ ਟਿੱਪਣੀਆਂ ਵੀ ਹੁੰਦੀ ਆ ਰਹੀਆਂ ਨੇ ਇਹ ਜਿਹੜੀ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਹੈ ਉਹ ਕਹਿ ਰਹੀ ਹੈ ਕਿ ਜਿਹੜੀ ਲੈਟਰਲ ਐਂਟਰੀ ਹੈ ਇਹ ਅੱਜ ਦੀ ਨਹੀਂ ਹੈਗੀ ਖਾਸ ਤੌਰ ਤੇ ਜਿਵੇਂ ਹੁਣ ਡਾਕਟਰ ਮਨਮੂਨ ਸਿੰਘ ਸੀਗੇ ਡਾਕਟਰ ਮਨਮੂਨ ਸਿੰਘ ਦੀ ਨਿਯੁਕਤੀ ਇੰਦਰਾਗੜ ਦੀ ਨੇ ਕੀਤੀ ਸੀਗੀ ਉਹ ਵੀ ਇੱਕ ਲੈਟਰਲ ਐਂਟਰੀ ਹੀ ਮੰਨੀ ਜਾਂਦੀ ਹੈ ਇਸੇ ਤਿੱਕੇ ਨਾਲ ਕਾਂਗਰਸ ਦੇ ਵਿੱਚ ਮੌਨਟੇਕ ਸਿੰਘ ਆਲੂ ਵਾਲਿਆ ਨੂੰ ਲੈ ਕੇ ਆਂਦਾ ਸੀਗਾ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਵੱਡੇ ਵੱਡੇ ਇਹ ਕਾਸਟਰੀ ਮਾਹਰ ਲੋਕ ਨੇ ਉਹਨਾਂ ਦੀ ਐਂਟਰੀ ਕਰਵਾਈ ਜਾਂਦੀ ਹੈ ਤੇ ਉਹਦਾ ਮਤਲਬ ਤਾਂ ਇਹੀ ਹੁੰਦਾ ਹੈ ਕਿ ਸਰਕਾਰ ਵੱਲੋਂ ਆਪਣੇ ਕੰਮ ਨੂੰ ਵਧੀਆ ਢੰਗ ਦੇ ਨਾਲ ਚਲਾਉਣ ਵਾਸਤੇ ਜਿਹੜੇ ਮਾਹਰ ਲੋਕਾਂ ਨੂੰ ਲਿਆਂਦਾ ਜਾਂਦਾ ਹੈ ਇਹ ਉਸੇ ਤਰੀਕੇ ਦੇ ਨਾਲ ਇਹ ਛੋਟੇ ਪੱਧਰ ਤੇ ਆਪਾਂ ਲੈਟਰਲ ਐਂਟਰੀ ਕਹਿ ਸਕਦੇ ਹਾਂ ਇਸ ਸਬੰਧ ਵਿੱਚ ਕੇਂਦਰ ਲਈ ਇਹ ਸਮੱਸਿਆ ਪੈਦਾ ਹੋਈ ਹੋਈ ਹੈ ਕਿਉਂਕਿ ਰਾਜ ਸਰਕਾਰ ਜੜੀਆਂ ਰਾਜ ਸਰਕਾਰਾਂ ਨੇ ਉਹ ਵੀ ਚਾਹੁੰਦੀਆਂ ਨੇ ਕਿ ਵੱਧ ਵੱਧ ਆਈਐਸ ਅਧਿਕਾਰੀ ਭਰਤੀ ਕੀਤੇ ਜਾਣ ਤੇ ਇਸ ਸੰਬੰਧ ਵਿੱਚ ਕਿਉਂਕਿ ਜਿਵੇਂ ਜਨਸੰਖਿਆ ਵੱਧ ਰਹੀ ਹੈ ਤੇ ਕਮਕਾਰ ਦੇ ਵਿੱਚ ਅੱਜ ਕੱਲ ਤੇਜ਼ੀ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਈ ਤਰ੍ਹਾਂ ਦੇ ਬੰਦਿਆਦੀ ਢਾਂਚੇ ਖੜੇ ਕਰਨੇ ਆ ਕਈ ਤਰੀਕੇ ਦੇ ਤਰੱਕੀਆਂ ਕਰਟੀਆਂ ਨੇ ਉਸ ਵਾਸਤੇ ਮੁਲਾਜ਼ਮਾਂ ਦੀ ਵੀ ਲੋੜ ਹੁੰਦੀ ਹੈ ਤੇ ਉੱਚ ਅਧਿਕਾਰੀਆਂ ਦੀ ਵੀ ਲੋੜ ਹੁੰਦੀ ਹੈ ਅੱਗੇ ਕੀ ਹੁੰਦਾ ਸੀਗਾ ਬਹੁਤ ਸਾਰੇ ਜਿਹੜੇ ਆਈਐਸ ਅਧਿਕਾਰੀਆਂ ਨੂੰ ਕੇਂਦਰ ਸਰਕਾਰ ਸੂਬਾ ਸਰਕਾਰਾਂ ਤੋਂ ਡੈਪੂਟੇਸ਼ਨ ਦੇ ਉੱਤੇ ਬੁਲਾ ਲੈਂਦੀ ਸੀ ਪਰ ਹੁਣ ਰਾਜ ਸਰਕਾਰਾਂ ਡੈਪੂਟੇਸ਼ਨ ਦੇ ਉੱਤੇ ਭੇਜਣ ਤੋਂ ਇਨਕਾਰ ਹੀ ਹੋ ਰਹੀਆਂ ਨੇ ਉਹਦਾ ਕਾਰਨ ਇਹ ਹੀ ਹੈ ਕਿ ਰਾਜ ਸਰਕਾਰਾਂ ਦੇ ਆਪਣੇ ਕੰਮ ਵੀ ਨਹੀਂ ਚੱਲ ਰਹੇਗੇ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ 180 ਆਈਐਸ ਅਧਿਕਾਰੀ ਨੇ ਜਿਨ੍ਹਾਂ ਦੇ ਵਿੱਚੋਂ 15 ਦੇਕਰੀਵ ਡੈਪੂਟੇਸ਼ਨ ਦੇ ਉੱਤੇ ਗਏ ਹਨ ਤੇ ਇਸੇ ਗੱਲ ਕਰਕੇ ਹੁਣ ਰਾ ਸਰਕਾਰਾਂ ਵੱਲੋਂ ਜਦੋਂ ਇਹ ਡੈਪੂਟੇਸ਼ਨ ਨਹੀਂ ਭੇਜੇ ਜਾ ਰਹੇ ਤੇ ਇਹ ਜੇ ਉੱਚ ਅਧਿਕਾਰੀਆਂ ਦੀ ਲੋਡ ਪੈਂਦੀ ਰਹਿੰਦੀ ਹੈ ਤਾਂ ਕਰਕੇ ਕੇਂਦਰ ਸਰਕਾਰ ਵੱਲੋਂ ਇਹ ਲੈਟਰਲ ਐਂਟਰੀ ਕੀਤੀ ਜਾ ਰਹੀ ਸੀ ਪਰ ਹੁਣ ਜਦੋਂ ਇਸ ਸਬੰਧ ਵਿੱਚ ਇਸ ਦਾ ਵਿਰੋਧ ਹੋਇਆ ਤੇ ਇਸ ਨੋਟੀਫਿਕੇਸ਼ਨ ਨੂੰ ਵਾਪਸ ਵੀ ਲੈ ਲਿੱਤਾ ਤੇ ਸਰਕਾਰ ਨੇ ਇਹੀ ਸੋਚਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜਿਹੜੇ ਆਈਐਸ ਅਧਿਕਾਰੀਆਂ ਦੀ ਜਿਹੜੀ ਗਿਣਤੀ ਆ ਉਹ ਜਦੋਂ ਚੋਣ ਹੋਣੀ ਆ ਉਹਨਾਂ ਦੀ ਪ੍ਰੀਖਿਆ ਹੋਣੀ ਆ ਪ੍ਰੀਖਿਆ ਤੋਂ ਬਾਅਦ ਉਹਨਾਂ ਦੀ ਚੋਣ ਹੋਣੀ ਆ ਤਾਂ ਉਸ ਦੀ ਗਿਣਤੀ ਵਧਾਈ ਜਾ ਸਕਦੀ ਹੈ ਤੇ ਇਹ ਕਿੰਨੀ ਵਧਾਈ ਜਾਂਦੀ ਹੈ ਇਹ ਤਾਂ ਹਾਲੇ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ ਪਰ ਜਿਹੜਾ ਹੈ ਇਹ ਫੈਸਲਾ ਲੈ ਲਗਿਆ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਅਧਿਕਾਰੀਆਂ ਦੀ ਗਿਣਤੀ ਵਧਾਈ ਜਾਊਗੀ। ਅਗਲੀ ਗੱਲ ਕਰਦੇ ਹਾਂ ਪੰਜਾਬ ਨਾਲ ਸੰਬੰਧਿਤ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੰਬਈ ਗਏ ਹੋਏ ਨੇ। ਮੁੰਬਈ ਗਏ ਜਾ ਕੇ ਉਹਨਾਂ ਨੇ ਵੱਡੇ ਵੱਡੇ ਉਦਯੋਗਪਤੀਆਂ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੂੰ ਇਸ ਗੱਲ ਲਈ ਪ੍ਰੇਰਿਤ ਕੀਤਾ ਹੈ ਕਿ ਉਹ ਪੰਜਾਬ ਦੇ ਵਿੱਚ ਨਿਵੇਸ਼ ਕਰਨ ਤੇ ਪੰਜਾਬ ਸਰਕਾਰ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤਾ ਪ੍ਰਦਾਨ ਕਰੇਗੀ ਤੇ ਇਸ ਸਬੰਧ ਵਿੱਚ ਜਦੋਂ ਤੋਂ ਭਗਵੰਤ ਮਾਨ ਸਰਕਾਰ ਆਈ ਹੈ ਉਦੋਂ ਤੋਂ ਲੈ ਕੇ ਕਾਫੀ ਯਤਨ ਹੋਏ ਨੇ ਉਹਨਾਂ ਯਤਨਾਂ ਨੂੰ ਬूर ਵੀ ਪਿਆ ਕੁਝ ਨਿਵੇਸ਼ ਵਧਿਆ ਵੀ ਹੈ ਪਰ ਉਹਨਾਂ ਨਹੀਂ ਵਧਿਆ ਜਿੰਨਾ ਵਧਣਾ ਚਾਹੀਦਾ ਹੈ ਉਸ ਦੇ ਪਿੱਛੇ ਕਾਰਨ ਇਹ ਵੀ ਹੈ ਕਿ ਅਸੀਂ ਜਦੋਂ ਪੰਜਾਬ ਦੇ ਵਿੱਚ ਉਹੋ ਜਿਹਾ ਵਾਤਾਵਰਣ ਨਹੀਂ ਤਿਆਰ ਕਰ ਪਾਉਂਦੇ ਜਿਸ ਦੇ ਨਾਲ ਵੱਧ ਵਰਨ ਵਿੱਚ ਖਾਸੌਰ ਤੇ ਕਾਨੂੰਨ ਤੇ ਵਿਵਸਥਾ ਦੀ ਗੱਲ ਹੁੰਦੀ ਹੈ ਕਾਨੂੰਨ ਤੇ ਵਿਵਸਥਾ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਜਾਂ ਮਾਨ ਸਰਕਾਰ ਅਕਸਰ ਹੀ ਇਹ ਦਾਅਵੇ ਕਰਦੀ ਹੈ ਕਿ ਪੰਜਾਬ ਇੱਕ ਸ਼ਾਂਤਮਈ ਸੂਬਾ ਹੈ ਇੱਥੇ ਕਾਨੂੰਨ ਤੇ ਵਿਵਸਥਾ ਦੀ ਕੋਈ ਸਥਿਤੀ ਖਰਾਬ ਨਹੀਂ ਹੈ ਪਰ ਪਿਛਲੇ ਦਿਨੀ ਜਦੋਂ ਨਿਤਿਨ ਗਟਕਰੀ ਉਹਨਾਂ ਨੇ ਜਿਹੜੇ ਭਾਰਤ ਮਾਲਾ ਪ੍ਰੋਜੈਕਟ ਦੇ ਸੰਬੰਧ ਵਿੱਚ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਪੱਤਰ ਦੇ ਵਿੱਚ ਇਹੀ ਗੱਲ ਕਹੀ ਗਈ ਸੀਗੀ ਕਿ ਪੰਜਾਬ ਦੇ ਵਿੱਚ ਅਮਨ ਤੇ ਸ਼ਾਂਤੀ ਦੀ ਜਿਹੜੀ ਸਥਿਤੀ ਆ ਉਹ ਬਿਹਤਰ ਨਹੀਂ ਹੈ ਤੇ ਕੇਂਦਰ ਸਰਕਾਰ ਨੇ ਇਹ ਵੀ ਫੈਸਲਾ ਕੀਤਾ ਸੀਗਾ ਕਿ ਜੇਕਰ ਇਹ ਸਥਿਤੀ ਸਹੀ ਨਹੀਂ ਹੁੰਦੀ ਤਾਂ ਉਹ ਆਪਣੇ ਪ੍ਰੋਜੈਕਟ ਵਾਪਸ ਲੈ ਸਕਦੀ ਹੈ ਇਹ ਆਪਣੇ ਆਪ ਦੇ ਵਿੱਚ ਜਿਹੜਾ ਹੈਗਾ ਬਹੁਤ ਵੱਡਾ ਮ ਭਗਵਾਨਤਮਾਨ ਦੇ ਸਰਕਾਰ ਦੇ ਉੱਤੇ ਪ੍ਰਸ਼ਨ ਚਿੰਨ੍ਹ ਸਿਗਾ ਤੇ ਜਦੋਂ ਅਸੀਂ ਅਮਨ ਤੇ ਕਾਨੂੰਨ ਦੀ ਵਿਵਸਥਾ ਦੀ ਸਥਿਤੀ ਦੀ ਗੱਲ ਕਰਦੇ ਆਂ ਤਾਂ ਉਸ ਵਿੱਚ ਆਪਣੇ ਆਪ ਫੇਰ ਪ੍ਰਸ਼ਨ ਖੜੇ ਹੋ ਜਾਂਦੇ ਨੇ ਜਦੋਂ 15 ਅਗਸਤ ਨੂੰ ਮੁੱਖ ਮੰਤਰੀ ਜਦੋਂ ਸੰਬੋਧਨ ਕਰਦੇ ਨੇ ਤਾਂ ਇੱਕ ਬੁਲੇਟ ਪ੍ਰੂਫ ਸ਼ੀਸ਼ਾ ਲਗਾਇਆ ਜਾਂਦਾ ਹੈ ਤੇ ਵਿਰੋਧੀ ਧਿਰ ਕਹਿੰਦੀ ਹੈ ਨੇ ਕਿ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਕਿ ਪੰਜਾਬ ਦੀ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਬਹੁਤ ਠੀਕ ਹੈ ਤੇ ਦੂਜੇ ਪਾਸੇ ਤੁਸੀਂ ਬੁਲੇਟ ਪ੍ਰੂਫ ਸ਼ੀਸ਼ਿਆਂ ਦੇ ਅੱਗੇ ਖੜ ਕੇ ਜਿਹੜਾ ਹੈਗਾ ਲੋਕਾਂ ਨੂੰ ਸੰਬੋਧਨ ਕਰਦੇ ਹੋ ਇਹ ਆਪਣੇ ਆਪ ਦੇ ਵਿੱਚ ਇਹ ਗੱਲ ਦਰਸਾਉਂਦਾ ਹੈ ਕਿ ਪੰਜਾਬ ਦੇ ਵਿੱਚ ਸਭ ਕੁਝ ਠੀਕ ਨਹੀਂ ਹੈ ਇਹ ਵੀ ਦੱਸਿਆ ਗਿਆ ਕਿ ਦਹਾਕਿਆਂ ਦੇ ਜਿਹੜਾ ਹੈਗਾ ਹੁਣ ਤੱਕ ਕੋਈ ਵੀ ਮੁੱਖ ਮੰਤਰੀ ਇਸ ਤਰੀਕੇ ਨਾਲ ਬੁਲੇਟ ਪ੍ਰੂਫ ਸ਼ੀਸ਼ਿਆਂ ਦੇ ਪਿੱਛੇ ਖੜ ਕੇ ਕਦੇ ਵੀ ਲੋਕਾਂ ਦੇ ਰੂਪ ਰੂਪ ਨਹੀਂ ਹੋਏਗੇ ਫਿਰ ਇਹ ਜਿਹੜੀ ਖਾਸ ਪਾਸਧਰ ਤੇ ਵਿਰੋਧੀ ਧਿਰਾਂ ਦੀ ਜਿਹੜੀਆਂ ਟਿੱਪਣੀਆਂ ਨੇ ਉਹ ਆਪਣੀ ਜਗ੍ਹਾ ਤੇ ਹੈ ਪਰ ਪੰਜਾਬ ਦੇ ਵਿੱਚ ਅਜਿਹਾ ਮਾਹੌਲ ਤਿਆਰ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ ਕਿ ਇੱਥੇ ਵੱਧ ਤੋਂ ਵੱਧ ਉਦਯੋਗ ਆ ਸਕੇ ਖੇਤੀਬਾੜੀ ਉੱਤੇ ਲੋਕ ਲੱਗੇ ਤਾਂ ਹੋਏ ਨਹੀਂ ਪਰ ਇਹ ਹਰ ਸਮੇਂ ਉਹਨਾਂ ਨੂੰ ਜਿਹੜਾ ਹੈਗਾ ਜਿਹੜੇ ਦਿਹਾੜੀਦਾਰ ਨੇ ਉਹਨਾਂ ਨੂੰ ਹਰ ਸਮੇਂ ਉੱਥੋਂ ਦਿਹਾੜੀ ਨਹੀਂ ਮਿਲ ਸਕਦੀ ਇਹ ਤਾਂ ਹੀ ਸੰਭਵ ਹੈ ਜੇਕਰ ਇੱਥੇ ਤਾਂ ਬੁਨਿਆਦੀ ਢਾਂਚਾ ਮਜ਼ਬੂਤ ਹੋਵੇ ਇੱਥੇ ਉਦਯੋਗ ਲੱਗਣ ਉਦਯੋਗਾਂ ਦੇ ਵਿੱਚ ਜਿਹੜੇ ਪਿੰਡਾਂ ਚੋਂ ਸ਼ਹਿਰਾਂ ਤੋਂ ਜਿਹੜੇ ਨੌਜਵਾਨ ਨੇ ਉਹ ਜਿਹੜਾ ਉੱਥੇ ਜਾ ਕੇ ਨੌਕਰੀਆਂ ਹਾਸਲ ਕਰ ਸਕਣ ਤੇ ਇਸ ਸਬੰਧ ਵਿੱਚ ਬੇਸ਼ੱਕ ਮੁੱਖ ਮੰਤਰੀ ਇਹ ਵੀ ਦਾਵਾ ਕਰ ਰਹੇ ਨੇ ਕਿ ਅਸੀਂ ਰਿਕਾਰਡ ਤੋਂ ਨੌਕਰੀਆਂ ਦਤੀਆਂ ਨੇ ਪਰ ਸਰਕਾਰ ਐਟੀਆਂ ਕਿੰਨੀਆਂ ਕਿ ਨੌਕਰੀਆਂ ਦੇ ਸਕਦੀ ਹੈ ਗਲਤ ਤਾਂ ਇਹੀ ਹੈ ਕਿ ਜਦ ਤੱਕ ਪ੍ਰਾਈਵੇਟ ਖੇਤਰ ਦੇ ਵਿੱਚ ਜਦ ਤੱਕ ਉਦਯੋਗ ਨਹੀਂ ਲੱਗਣਗੇ ਉਦੋਂ ਤੱਕ ਇਹ ਨੌਜਵਾਨ ਜਿਹੜਾ ਹੈਗਾ ਨੌਕਰੀਆਂ ਹਾਸਲ ਨਹੀਂ ਕਰਨਗੇ ਕਰ ਸਕਣਗੇ ਇਹੀ ਕਾਰਨ ਹੈ ਕਿ ਅੱਜ ਜਦੋਂ ਪੰਜਾਬ ਦੇ ਵਿੱਚ ਵਿਦੇਸ਼ ਘਟ ਹੈ ਰੋਜ਼ਗਾਰ ਲੋਕਾਂ ਨੂੰ ਨਹੀਂ ਮਿਲ ਰਿਹਾ ਹੈ ਤਾਂ ਉਹ ਵਿਦੇਸ਼ਾਂ ਵੱਲ ਮੂੰਹ ਕਰ ਰਹੇ ਨੇ ਜਾਂ ਬਹੁਤ ਸਾਰੇ ਨੌਜਵਾਨ ਨਸ਼ਿਆਂ ਵੱਲ ਮੂੰਹ ਕਰ ਰਹੇ ਨੇ ਜਦੋਂ ਉਹ ਉਹ ਫਰਸਟ੍ਰੇਟ ਹੋ ਜਾਂਦੇ ਨੇ ਉਹਨਾਂ ਨੂੰ ਕੁਝ ਨਹੀਂ ਮਿਲਦਾ ਤਾਂ ਉਹ ਅਜਿਹੇ ਕੰਮ ਕਰਦੇ ਨੇ ਉਸ ਤੋਂ ਬਾਅਦ ਨਸ਼ਿਆਂ ਤੋਂ ਬਾਅਦ ਅਗਲੇ-ਅਗਲੇ ਜਿਹੜੇ ਹੋਰ ਨਵੇਂ ਪੜਾਅ ਖੁੱਲ ਜਾਂਦੇ ਨੇ ਕੋਈ ਅਪਰਾਧੀ ਬਣ ਜਾਂਦਾ ਕੋਈ ਚੈਨੀਆ ਖਿੱਚਦਾ ਕੋਈ ਮੋਬਾਈਲ ਖੋ ਕੇ ਲੈ ਕੇ ਜਾਂਦਾ ਇਸ ਗੱਲ ਕਰਕੇ ਪੰਜਾਬ ਦੇ ਵਿੱਚ ਬਹੁਤ ਭਾਰੀ ਸਮੱਸਿਆ ਖੜੀ ਹੋ ਚੁੱਕੀ ਹੈ ਇਸ ਸਬੰਧ ਵਿੱਚ ਖਾਸ ਤੌਰ ਤੇ ਸਰਕਾਰ ਨੂੰ ਜੇਕਰ ਇੱਥੇ ਨਿਵੇਸ਼ ਲੈ ਕੇ ਆਉਣਾ ਤਾਂ ਖਾਸ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਥੇ ਕੇਂਦ੍ਰਿਤ ਹੋਣਾ ਪਊਗਾ ਕਿਉਂਕਿ ਇਹ ਜਿਹੜੀਆਂ ਚੋਣਾਂ ਲਗਾਤਾਰ ਆ ਰਹੀਆਂ ਨੇ ਕਿ ਉਸ ਸੰਬੰਧ ਵਿੱਚ ਪੂਰੇ ਦਾ ਪੂਰਾ ਜਿਹੜਾ ਹੈਗਾ ਖਾਸ ਕਰਕੇ ਸਰਕਾਰ ਦੂਜੇ ਸੂਬਿਆਂ ਦੇ ਵਿੱਚ ਪ੍ਰਚਾਰ ਵਾਸਤੇ ਚੱਲੀ ਜਾਂਦੀ ਹੈ ਜਿਹੜੇ ਵਿਧਾਇਕ ਨੇ ਉੱਥੇ ਚਲੇ ਜਾਂਦੇ ਨੇ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੀਆਂ ਡਿਊਟੀਆਂ ਲਗਾ ਦਿੱਤੀ ਜਾਂਦੀਆਂ ਨੇ ਤੇ ਇਸ ਸਬੰਧ ਵਿੱਚ ਜਿਹੜੀ ਆਮ ਆਦਮੀ ਪਾਰਟੀ ਨੂੰ ਕਿੰਨੀ ਕਿ ਸਫਲਤਾ ਮਿਲੀ ਆ ਉਸ ਨੂੰ ਵੀ ਉਸ ਦਾ ਵੀ ਅੰਕਲਨ ਜਾਂ ਮੁਲਾਂਕਣ ਕਰ ਲੈਣਾ ਚਾਹੀਦਾ ਹੈ ਕਿ ਸਾਨੂੰ ਇਹ ਜਿਹੜੀ ਸਰਕਾਰ ਹੈ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਵੱਧ ਤੋਂ ਵੱਧ ਕੇਂਦਰਿਤ ਕਰ ਸਕੇ ਅਗਲੀ ਖਬਰ ਕ ਮੰਤਰੀ ਪਦਰ ਦੀ ਹੈ ਕ ਮੰਤਰੀ ਪਦਰ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇ ਪੋਲੈਂਡ ਗਏ ਹੋਏ ਨੇ 48 ਸਾਲਾਂ ਦੇ ਵਿੱਚ 45 ਸਾਲਾਂ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਫੇਰੀ ਹੈ ਇਸ ਯਾਤਰਾ ਨੂੰ ਲੈ ਕੇ ਜਿਹੜਾ ਪੂਰਾ ਕਮੰਤਰੀ মিডিਆ ਇਸ ਲਈ ਬਹੁਤ ਜ਼ਿਆਦਾ ਚਕਰਨਾ ਜਾਂ ਆਪਣੇ ਆਪ ਦੇ ਵਿੱਚ ਕੇਂਦ੍ਰਿਤ ਹੋਇਆ ਹੋਇਆ ਉਹਦਾ ਕਾਰਨ ਇਹ ਹੈ ਕਿ ਪ੍ਰਧਾਨ ਮੰਤਰੀ ਵਲਾਦੀ ਮੀ ਜਲਨਸਕੀ ਜਿਹੜੇ ਯੂਕਰੇਨ ਦੇ ਰਾਸ਼ਟਰਪਤੀ ਨੇ ਉਹਨਾਂ ਨਾਲ ਵੀ ਮੁਲਾਕਾਤ ਕਰਨਗੇ ਅ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਸੱਦਾ ਦਿੱਤਾ। ਇਸ ਸਬੰਧ ਵਿੱਚ ਜਦੋਂ ਹੁਣ ਅਸੀਂ ਜਦੋਂ ਹੋ ਯੂਕਰੇਨ ਜਾਣਗੇ ਤਾਂ ਆਪਣੇ ਆਪ ਦੇ ਵਿੱਚ ਭਾਰਤੀ ਜਿਹੜੀ ਡਿਪਲਮੇਸੀ ਹੈ ਕੋਟ ਨੀਤੀ ਹੈ ਉਸ ਦੇ ਲਈ ਬਹੁਤ ਵੱਡੀ ਚੜ੍ਹੋਤੀ ਪੈਦਾ ਹੋ ਗਈ ਹੈ। ਉਹਦਾ ਕਾਰਨ ਇਹ ਹੀ ਹੈ ਕਿ ਭਾਰਤ ਦੇ ਜਿਹੜੇ ਸਬੰਧ ਨੇ ਉਹ ਰੂਸ ਨਾਲ ਵੀ ਬਹੁਤ ਜ਼ਿਆਦਾ ਬਿਹਤਰ ਨੇ। ਦੂਜੇ ਪਾਸੇ ਰੂਸ ਅਤੇ ਯੂਕਰੇਨ ਦੇ ਵਿਚਾਲੇ ਬਹੁਤ ਵੱਡੀ ਲੜਾਈ ਲੱਗੀ ਹੋਈ ਹੈ ਜਦੋਂ ਪ੍ਰਧਾਨ ਮੰਤਰੀ ਵਲਾਦੀਮੀਰ ਪੋਪਿਨ ਜਿਹੜੇ ਰੂਸ ਦੇ ਰਾਸ਼ਟਰਪਤੀ ਆ ਉਹਦੇ ਨਾਲ ਜਫੀ ਪਾਉਂਦੇ ਨੇ ਉਹ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤਾਂ ਉਸ ਦੇ ਉੱਤੇ ਅਮਰੀਕਾ ਨੂੰ ਵੀ ਜਿਹੜਾ ਹੈਗਾ ਇਤਰਾਜ਼ ਹੁੰਦਾ ਹੈ ਤੇ ਉਹਦੇ ਵਿੱਚ ਇਹ ਵੀ ਕਹਿੰਦਾ ਹੈ ਕਿ ਅਮਰੀਕਾ ਇਹ ਵੀ ਕਹਿੰਦਾ ਹੈ ਕਿ ਜਿਸ ਤਰੀਕੇ ਦਾ ਨਰਿੰਦਰ ਮੋਦੀ ਉਹਨਾਂ ਦੇ ਸਬੰਧ ਪੋਪਿਨ ਦੇ ਨਾਲ ਨੇ ਤਾਂ ਉਹਨਾਂ ਨੂੰ ਕੋਈ ਨਾ ਕੋਈ ਯਤਨ ਕਰਨ ਚਾਹੀਦਾ ਹੈ ਤਾਂ ਜੋ ਇਸ ਖੇਤੇ ਦੇ ਵਿੱਚ ਸ਼ਾਂਤੀ ਸਥਾਪਿਤ ਹੋ ਸਕੇ ਤੇ ਹੁਣ ਇਹ ਹੈ ਕਿ ਗੱਲ ਜਿਹੜਾ ਰੂਸ ਹੈ ਭਾਰਤ ਦਾ ਪੁਰਾਣਾ ਮਿੱਤਰ ਚੱਲਿਆ ਰਿਹਾ ਹੈ ਭਾਰਤ 40% ਹਥਿਆਰ ਰੂਸ ਤੋਂ ਲੈਂਦਾ ਹੈ ਤੇ ਹੁਣ ਜਦੋਂ ਤੋਂ ਰੂਸ ਦੇ ਯੂਕਰੇਨ ਦਾ ਜੰਦ ਚੱਲਿਆ ਹੋਇਆ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਭਾਰਤ ਨੂੰ ਕੱਚਾ ਤੇਲ ਲੈਣ ਵਾਸਤੇ ਬਹੁਤ ਹੀ ਫਾਇਦਾ ਹੋਇਆ ਇੱਕ ਅਨੁਮਾਨ ਅਨੁਸਾਰ 2021-22 ਦੇ ਵਿੱਚ ਭਾਰਤ ਵੱਲੋਂ 2.4 ਅਰਬ ਡਾਲਰ ਦਾ ਤੇਲ ਲੈ ਕੇ ਆਉਂਦਾ ਜਾਂਦਾ ਸੀ ਕਿ ਤੇ ਹੁਣ ਇਹ ਵੱਧ ਕੇ 2023-24 ਦੇ ਵਿੱਚ 46.5 ਅਰਬ ਡਾਲਰ ਦਾ ਜਿਹੜਾ ਤੇਲ ਹੈ ਰੂਸ ਤੋਂ ਲਿਆ ਜਾ ਰਿਹਾ ਜਿਸ ਦਾ ਭਾਰਤ ਨੂੰ ਬਹੁਤ ਜ਼ਿਆਦਾ ਲਾਭ ਵੀ ਹੋ ਰਿਹਾ ਤੇ ਇਸ ਜਿਹੜੇ ਆਮ ਉਪ ਪਾਕਤਾਂ ਨੇ ਉਹਨਾਂ ਨੂੰ ਵੀ ਇਸ ਦਾ ਫਾਇਦਾ ਹੋ ਰਿਹਾ ਹੈ ਖੈਰ ਇਹ ਹੈ ਕਿ ਪ੍ਰਧਾਨ ਮੰਤਰੀ ਹੁਣ ਜਿਸ ਤਰੀਕੇ ਦੇ ਨਾਲ ਯੂਕਰੇਨ ਦੇ ਰਾਸ਼ਟਰਪਤੀ ਨੂੰ ਮਿਲਣਗੇ ਉੱਥੇ ਇਹ ਗੱਲਬਾਤ ਹੋਣੀ ਚਾਹੀਦੀ ਹੈ ਤੇ ਇਸ ਖਿੱਤੇ ਦੇ ਵਿੱਚ ਜਿਸ ਤਰੀਕੇ ਨਾਲ ਲੜਾਈ ਚੱਲ ਰਹੀ ਹੈ ਬੱਚੇ ਮਾਰੇ ਜਾ ਰਹੇ ਨੇ ਹਸਪਤਾਲਾਂ ਦੇ ਉੱਤੇ ਬੰਬ ਸੁੱਟੇ ਜਾ ਰਹੇ ਨੇ ਹਸਪਤਾਲ ਹੀ ਨਹੀਂ ਸਕੂਲ ਵੀ ਹਾਂ ਟੈਟੇਰੀ ਹੋ ਰਹੇ ਨੇ ਤੇ ਉਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਜੇਕਰ ਇਸ ਖਿੱਤੇ ਦੇ ਵਿੱਚ ਇਹ ਸ਼ਾਂਤੀ ਸਥਾਪਿਤ ਹੋ ਜਾਈ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਈ ਅਹਿਮ ਭੂਮਿਕਾ ਨਿਭਾਉਂਦੇ ਨੇ ਤਾਂ ਇਹ ਆਪਣੇ ਆਪ ਦੇ ਵਿੱਚ ਚੰਗੀ ਗੱਲ ਹੈ ਕਿਉਂਕਿ ਹਰ ਕਿੱਤੇ ਦੇ ਵਿੱਚ ਜੇ ਸ਼ਾਂਤੀ ਬਣੀ ਰਹਿੰਦੀ ਆ ਤਾਂ ਉਹ ਉਹਦਾ ਅਸਰ ਜਿਹੜਾ ਹੈ ਪੂਰੀ ਦੁਨੀਆ ਦੇ ਉੱਤੇ ਹੁੰਦਾ ਹੈ ਜੇ ਯੁੱਧ ਲੱਗਦਾ ਉਸ ਦਾ ਵੀ ਅਸਰ ਪੂਰੀ ਦੁਨੀਆ ਦੇ ਵਿੱਚ ਤੇ ਹੁੰਦਾ ਹੈ ਤੇ ਉਹਦੇ ਨਾਲ ਦੁਨੀਆ ਵੰਡੀ ਜਾਂਦੀ ਹੈ ਜਿਸ ਤਰੀਕੇ ਨਾਲ ਹੁਣ ਨਾਟੋ ਇੱਕ ਪਾਸੇ ਹੈ ਰੂਸ ਇੱਕ ਪਾਸੇ ਹੈ ਚੀਨ ਰੂਸ ਇਹ ਇੱਕ ਪਾਸੇ ਨੇ ਤੇ ਇਸ ਦੇ ਨਾਲ ਪੂਰੀ ਦੁਨੀਆ ਪ੍ਰਭਾਵਿਤ ਹੋ ਰਹੀ ਹੈ ਅਗਲੀ ਖਬਰ ਬੜੀ ਅਹਿਮ ਹੈ ਉਸਦੇ ਵਿੱਚ ਇਹ ਹੈ ਕਿ ਜਿਹੜੀ ਪੰਜਾਬ ਸਰਕਾਰ ਹੈ ਉਸ ਨੂੰ ਐਨਜੀਟੀ ਨੇ ਤਕਰੀਬਨ 1026 ਕਰੋੜ ਰੁਪਏ ਦਾ ਜਿਹੜਾ ਹਰਜਾਨਾ ਜਿਹੜਾ ਜੁਰਮਾਨਾ ਕੀਤਾ ਹੈ ਉਹਦਾ ਕਾਰਨ ਇਹ ਹੈ ਕਿ ਜੋ ਪੰਜਾਬ ਹੈ ਉਹ ਕੂੜਾ ਕਰਕਟ ਦਾ ਪ੍ਰਬੰਧਨ ਕਰਨ ਵਿੱਚ ਬਿਲਕੁਲ ਅਸਫਲ ਹੋਇਆ ਹੈ ਤੇ ਇਹ ਸਬੰਧ ਵਿੱਚ ਕਲਾ ਕੂੜਾ ਕਰਕਟਨੀ ਜਿਹੜਾ ਸੀਵਰੇਜ ਹੈ ਉਸ ਦੇ ਟ੍ਰੀਟਮੈਂਟ ਕਰਾਉਣ ਦੇ ਵਿੱਚ ਵੀ ਪੰਜਾਬ ਅਸਫਲ ਰਿਹਾ ਹੈ ਤੇ ਇਸੇ ਗੱਲ ਕਰਕੇ ਜਿਹੜੀ ਐਨਜੀਟੀ ਹੈ ਉਸ ਨੇ ਪ੍ਰਤੀ ਪੈਸਾ ਪ੍ਰਤੀ ਕਿਲੋਗ੍ਰam ਦਾ ਜਿਹੜਾ ਹੈਗਾ ਪੰਜਾਬ ਸਰਕਾਰ ਨੂੰ ਇਹ ਹਰਜਾਨਾ ਦੇਣ ਲਈ ਕਿਹਾ ਹੈ ਤੇ ਇਹ ਆਪਣੇ ਆਪ ਦੇ ਵਿੱਚ ਪੰਜਾਬ ਸਰਕਾਰ ਦੀ ਭੱਟੀ ਅਸਫਲਤਾ ਕਹੀ ਜਾ ਸਕਦੀ ਹੈ ਤੇ ਇਸ ਸੰਬੰਧ ਵਿੱਚ ਖਾਸ ਤੌਰ ਤੇ ਜਿਹੜੀ ਸਰਕਾਰੀ ਸਰਕਾਰ ਹੈ ਉਸ ਨੂੰ ਕੋਈ ਨਾ ਕੋਈ ਜਿਹੜਾ ਹੈਗਾ ਆਪਣੀਆਂ ਸਰਗਰਮੀਆਂ ਤੇਜ਼ ਕਰਨੀ ਚਾਹੀਦੀਆਂ ਤੇ ਪੰਜਾਬ ਦੇ ਵਿੱਚ ਜਦੋਂ ਕੂੜਾ ਕਰਕਟ ਜਾਂ ਵਾਤਾਵਰਨ ਖਰਾਬ ਹੁੰਦਾ ਉਹ ਵੀ ਆਪਣੇ ਆਪ ਦੇ ਵਿੱਚ ਬੜਾ ਸ਼ਰਮਸਾਲ ਹੁੰਦਾ ਤੇ ਇਸ ਸਬੰਧ ਵਿੱਚ ਹੁਣ ਸਰਕਾਰ ਕੀ ਕਰਦੀ ਹੈ ਦੇਖਦੇ ਆ ਵੱਡਾ ਬਹੁਤ ਵੱਡਾ ਜੁਰਮਾਨਾ ਲਾਏਗਾ 1026 ਕਰੋੜ ਰੁਪਏ ਦਾ ਅੱਗੇ ਹੀ ਸਰਕਾਰ ਜਿਹੜੀ ਹੈਗੀ ਹੈ ਇਸ ਦੇ ਕੋਲ ਪੈਸਾ ਨਹੀਂ ਆ ਕੇਂਦਰ ਸਰਕਾਰ ਨੇ ਇਹ ਪੈਸਾ ਰੋਕਿਆ ਹੋਇਆ ਹੈ ਬਾਕੀ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਰਕਾਰ ਕੀ ਕਰਦੀ ਹੈ ਅੱਜ ਤੁਹਾਨੂੰ ਇੱਕ ਅਜਿਹੀ ਰਿਪੋਰਟ ਦੇ ਰੂਬਰੂ ਕਰ ਰਹੇ ਹਾਂ ਜਿੱਥੋਂ ਤੁਸੀਂ ਸੁਣ ਕੇ ਦੇਖ ਕੇ ਬਹੁਤ ਹੀ ਹੈਰਾਨ ਹੋਵੋਗੇ ਉਹਦੇ ਵਿੱਚ ਖਾਸ ਤੌਰ ਤੇ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ ਨੇ ਇੱਕ ਖੁਲਾਸਾ ਕੀਤਾ ਹੈ ਉਹਦੇ ਵਿੱਚ ਇਹ ਦੱਸਿਆ ਕਿ ਮੌਜੂਦਾ ਸੰਸਦ ਅਤੇ ਵਿਧਾਇਕ ਜਿਨ੍ਹਾਂ ਦੀ ਗਿਣਤੀ ਤਕਰੀਬਨ 151 ਹੈ ਉਹਨਾਂ ਦੇ ਖਿਲਾਫ ਔਰਤਾਂ ਦੇ ਖਿਲਾਫ ਕੀਤੇ ਗਏ ਅਪਰਾਧਾਂ ਦੇ ਮਾਮਲੇ ਦਰਜ ਨੇ ਤੇ 16 ਦੇ ਖਿਲਾਫ ਤਾਂ ਅਜਿਹੇ ਮਾਮਲੇ ਨੇ ਜਿਸ ਵਿੱਚ ਬਲਾਤਕਾਰ ਸ਼ਾਮਲਾ ਵੀ ਕਿ ਉਹਨਾਂ ਵਿਧਾਇਕਾਂ ਜਾਂ ਸੰਸਦਾਂ ਨੇ ਇਹ ਬਲਾਤਕਾਰ ਕੀਤੇ ਨੇ ਤੇ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮ ਨੇ 2019 ਤੋਂ ਲੈ ਕੇ 2024 ਤੱਕ 4693 ਵਿਧਾਇਕ ਜਾਂ ਸੰਸਦਾਂ ਦੇ ਜਿਹੜੇ ਹਲਫਲਾਮੇ ਨੇ ਉਨਾ ਦਾ ਵਿਸ਼ਲੇਸ਼ਣ ਕੀਤਾ ਉਸ ਵਿਸ਼ਲੇਸ਼ਣ ਦੇ ਵਿੱਚ ਪਾਇਆ ਗਿਆ ਹੈ ਕਿ 151 ਸੰਸਦ ਜਾਂ ਵਿਧਾਇਕ ਔਰਤਾਂ ਦੇ ਵਿਰੁੱਧ ਅਪਰਾਧਾਂ ਦੇ ਵਿੱਚ ਸ਼ਾਮਲ ਨੇ ਉਹਦੇ ਵਿੱਚ ਪੱਛਮੀ ਬੰਗਾਲ ਦੇ ਵਿਧਾਇਕ ਜਾਂ ਸੰਸਦਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ ਉਹ 25 ਦੇ ਕਰੀਬ ਹੈ ਤੇ ਉਸ ਤੋਂ ਬਾਅਦ ਆਂਧਾ ਆਂਧਰਾ ਪ੍ਰਦੇਸ਼ਾਂ ਦਾ ਉੱਥੇ 21 ਤੇ ਉੜੀਸਾ ਦੇ 17 ਵਿਦਾਇਕ ਜਨ ਸੰਸਦ ਮੌਜੂਦ ਨੇ ਹੁਣ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਾਡੇ ਜਿਹੜੇ ਨੇਤਾ ਨੇ ਉਹ ਕਿਸ ਕਦਰ ਔਰਤਾਂ ਦਾ ਸਨਮਾਨ ਕਰਦੇ ਨੇ ਤੇ ਉਹਨਾਂ ਔਰਤਾਂ ਨੂੰ ਕਿਸ ਤਰੀਕੇ ਦੇ ਨਾਲ ਉਹ ਆਪਣੇ ਹਫਸ ਦਾ ਵਿਸ਼ਕਾਰ ਬਣਾਉਂਦੇ ਨੇ ਉਹਨਾਂ ਦੇ ਖਿਲਾਫ ਬਲੈਫਤਕਾਰ ਵੀ ਕਰਦੇ ਨੇ ਹੋਰ ਕਈ ਤਰ੍ਹਾਂ ਦੇ ਅਪਰਾਧ ਕਰਦੇ ਨੇ ਇਸ ਸਬੰਧ ਵਿੱਚ ਸਮੇਂ-ਸਮੇਂ ਦੇ ਤੇ ਰਿਪੋਰਟਾਂ ਆਉਂਦੀਆਂ ਵੀ ਰਹਿੰਦੀਆਂ ਨੇ ਤੇ ਆਪਾਂ ਉਹਨਾਂ ਤੇ ਗੱਲਬਾਤ ਵੀ ਕਰਦੇ ਹਾਂ ਪਰ ਇਹ ਹੈ ਕਿ ਇਹ ਜਿਹੜੇ ਸੰਸਦ ਹੁੰਦੇ ਨੇ ਜਾਂ ਵਿਧਾਇਕ ਹੁੰਦੇ ਨੇ ਇਹ ਸਾਡੇ ਲਈ ਸਨਮਾਨਜਨਕ ਹੁੰਦੇ ਨੇ ਇਹ ਸਾਡੇ ਰੂਲ ਮਾਡਲ ਹੁੰਦੇ ਨੇ ਜੇਕਰ ਇਹੀ ਲੋਕ ਔਰਤਾਂ ਦੇ ਖਿਲਾਫ ਅਜਿਹੇ ਕਿਡਾਉਣੇ ਅਪਰਾਧ ਕਰਨਗੇ ਤਾਂ ਇਹ ਆਪਣੇ ਆਪ ਤੇ ਬਹੁਤ ਜ਼ਿਆਦਾ ਸ਼ਰਮਨਾਕ ਹੈ ਅਗਲੀ ਖਬਰ ਆਪਾਂ ਕੰਗੜਾ ਰਨਾਉਤ ਦੀ ਕਰਦੇ ਹਾਂ ਕੰਗੜਾ ਰਨਾਉਤ ਹਿਮਾਚਲ ਪ੍ਰਦੇਸ਼ ਦੇ ਤੋਂ ਮੈਂਬਰ ਪਾਰਲੀਮੈਂਟ ਹੈ ਤੇ ਭਾਰਤੀ ਜਨਤਾ ਪਾਰਟੀ ਦੀ ਅਹੁਦੇ ਲੀਡਰ ਹੈ ਪਰ ਉਸ ਦੇ ਚਾਹੇ ਹੋ ਮੈਂਬਰ ਪਾਰਲੀਮੈਂਟ ਹੋਵੇ ਜਾਂ ਬਤੌਰ ਅਦਾਕਾਰਾ ਹੋਵੇ ਤਾਂ ਉਹਦੇ ਨਾਲ ਵਿਵਾਦ ਜੁੜੇ ਹੀ ਰਹਿੰਦੇ ਨੇ ਹੁਣ ਵਿਵਾਦ ਇਸ ਗੱਲ ਕਰਕੇ ਹੈ ਕਿ ਉਸ ਦੀ ਫਿਲਮ ਆ ਰਹੀ ਹੈ ਐਮਰਜੈਂਸੀ ਐਮਰਜੈਂਸੀ ਇੰਦਰਾ ਗਾਂਧੀ ਨੇ ਲਗਾਈ ਸੀਗੀ ਉਸ ਦੇ ਕਿਰਦਾਰ ਦੇ ਉੱਤੇ ਇਹ ਫਿਲਮ ਬਣਾਈ ਗਈ ਹੈ ਤੇ ਉਸ ਦੇ ਐਮਰਜੈਂਸੀ ਦੇ ਦੌਰਾਨ ਤੁਹਾਨੂੰ ਪਤਾ ਹੀ ਹੈ ਕਿ ਅਕਾਲੀ ਦਲ ਨੇ ਜੋ ਸੰਘਰਸ਼ ਉਸ ਸਮੇਂ ਕੀਤਾ ਸੀਗਾ ਉਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਬਣਿਆ ਹੋਇਆ ਹੈ ਉਸ ਦੇ ਕਾਰਨ ਹੀ ਪੂਰਾ ਹਿੰਦੁਸਤਾਨ ਅੰਦੋਲਿਤ ਹੋ ਚੁੱਕਾ ਸੀਗਾ ਤੇ ਉਹ ਸਮੇਂ ਇੰਦਰਾ ਗਾਂਧੀ ਜਿਸ ਦਾ ਸ਼ਾਸਨ ਇਹ ਕਾਫੀ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਵਾਧੇ ਅਧਿਕਾਰ ਉਹ ਦੂਜੇ ਲੋਕਾਂ ਨੂੰ ਅਧਿਕਾਰ ਦੇਣਾ ਹੀ ਨਹੀਂ ਚਾ ਰਹੇ ਸੀਗੇ ਤੇ ਤਾਨਾਸ਼ਾਹੀ ਵਾਲਾ ਉਹ ਕੰਮਕਾਰ ਕਰ ਰਹੇ ਸੀਗੇ ਤਾਂ ਉਸ ਨੂੰ ਇਹ ਚੁਣੌਤੀ ਦਿੱਤੀ ਗਈ ਸੀਗੀ ਤੇ ਉਹ ਇਸ ਨੂੰ ਦੇਖਦੇ ਹੋਏ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾਈ ਸੀਗੀ ਤੁਹਾਨੂੰ ਯਾਦ ਹੋਊਗਾ ਕਿ ਜਦੋਂ ਸੈਸ਼ਨ ਚੱਲਿਆ ਸੀਗਾ ਜਦੋਂ ਮੌਜੂਦਾ ਲੋਕ ਸਭਾ ਦਾ ਉਸ ਸਮੇਂ ਵੀ ਐਮਰਜੈਂਸੀ ਦਾ ਖਾਸ ਤੌਰ ਤੇ ਜ਼ਿਕਰ ਹੋਇਆ ਸੀਗਾ ਹੁਣ ਇੰਦਰਾ ਗਾਂਧੀ ਦੇ ਕਿਰਦਾਰ ਦੇ ਉੱਤੇ ਹੀ ਇਹ ਫਿਲਮ ਬਣਾਈ ਗਈ ਹੈ ਜਿਸ ਦੇ ਵਿੱਚ ਇੰਦਰਾ ਗਾਂਧੀ ਦਾ ਕਿਰਦਾਰ ਕੰਗਨਾਰ ਨੌਤ ਨੇ ਨਿਭਾਇਆ ਇਸ ਫਿਲਮ ਦੇ ਵਿੱਚ ਸੰਤ ਜਰਨੈਲ ਸਿੰਘ ਪਿੰਡਰਾਵਾਲਿਆ ਦਾ ਜਿਹੜਾ ਕਿਰਦਾਰ ਹੈ ਉਸ ਨੂੰ ਨੁਕਸਾਨ ਪਹੁੰਚਾਇਆ ਗਿਆ ਇਸ ਕਰਕੇ ਇਸ ਗੱਲ ਕਰਕੇ ਜਿਹੜੇ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਨੇ ਜਿਨ੍ਹਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਏ ਇਸ ਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਇਸ ਦੇ ਵਿੱਚ ਮੌਜੂਦ ਨੇ ਤੇ ਅਕਾਲੀ ਦਲ ਵੱਲੋਂ ਵੀ ਇਸ ਦੀ ਅਲੋਚਨਾ ਕੀਤੀ ਜਾ ਰਹੀ ਹੈ ਕਿ ਇਸ ਫਿਲਮ ਨੂੰ ਰੋਕਿਆ ਜਾਵੇ ਇਸ ਤੋਂ ਪਹਿਲਾਂ ਫਰੀਦਕੋਟ ਦੇ ਜਿਹੜੇ ਸੰਸਦ ਨੇ ਸਰਪਜੀਤ ਸਿੰਘ ਉਹਨਾਂ ਨੇ ਵੀ ਇਸ ਦੇ ਉੱਤੇ ਇਤਰਾਜ਼ ਪ੍ਰਗਟ ਕੀਤਾ ਸੀਗਾ ਬਾਕੀ ਦੇਖਦੇ ਹਾਂ ਇਸ ਦੇ ਵਿੱਚ ਕੀ ਕੁਝ ਕੀਤਾ ਗਿਆ ਹੈ ਇੱਕ ਸੰਤ ਜਰਨਲ ਸਿੰਘ ਭਿੰਡਰਾਵਾਲੇ ਦੇ ਕਿਰਦਾਰ ਨੂੰ ਕਿਸ ਤਰੀਕੇ ਨਾਲ ਦਿਖਾਇਆ ਗਿਆ ਇਹ ਆਪਣੇ ਆਪ ਦੇ ਵਿੱਚ ਬੜਾ ਵੱਡਾ ਪ੍ਰਸ਼ਨ ਜਿੰਨਾ ਪਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਸਬੰਧ ਵਿੱਚ ਪਹਿਲਾਂ ਹੀ ਜਿਹੜਾ ਖਾਸ ਤੌਰ ਤੇ ਸੈਂਸਰ ਬੋਰਡ ਹੈ ਅਜਿਹਾ ਕੁਝ ਨਾ ਹੋਵੇ ਜਿਸ ਦੇ ਨਾਲ ਸਿੱਖਾਂ ਦੀ ਇਹ ਭਾਵਨਾਵਾਂ ਨੂੰ ਠੇਸ ਪਹੁੰਚੇ ਅਗਲੀ ਖਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਆ ਤੇ ਪੰਜਾਬ ਦੇ ਵਿੱਚ 2011 ਦੇ ਵਿੱਚ ਇਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਸੀਗੀਆਂ ਤੇ ਉਦੋਂ ਤੋਂ ਲੈ ਕੇ ਹੁਣ ਤੱਕ तकरीबन 13 ਸਾਲ ਹੋ ਗਿਆ ਇਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਹੋਈਆਂ ਹੈਗੀਆਂ ਤੇ ਆਮ ਤੌਰ ਤੇ ਸਿੱਖਾਂ ਦੇ ਵਿੱਚ ਜਿਹੜੀ ਸਿਆਸੀ ਪਾਰਟੀਆਂ ਨੇ ਉਹਨਾਂ ਨੂੰ ਅਦੇਹਾ ਜਾਪਦਾ ਹੈ ਕਿ ਜਿਹੜੀ ਪਾਰਟੀ ਕੋਲ ਜਿਹੜੇ ਧੜੇ ਦੇ ਕੋਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁੰਦੀ ਹੈ ਉਹੀ ਥਾ ਟੜਾ ਸਭ ਤੋਂ ਜ਼ਿਆਦਾ ਮਜ਼ਬੂਤ ਹੁੰਦਾ ਹੈ ਤੇ ਹੁਣ ਇਸ ਸਬੰਧ ਵਿੱਚ ਗੁਰਦਵਾਰ ਚੌਂਕ ਕਮਿਸ਼ਨ ਦੇ ਜਿਹੜੇ ਮੁਖੀ ਨੇ ਐਸਐਸ ਸਰੋਂ ਉਹਨਾਂ ਨੇ ਇਹ ਦੱਸਿਆ ਕਿ 26 ਨਵੰਬਰ ਤੱਕ ਇਹ ਸਾਰੀ ਪ੍ਰਕਿਰਿਆ ਪੂਰੀ ਹੋ ਜਾਊਗੀ ਜਿਹੜੀਆਂ ਵੋਟਰ ਸੂਚੀਆਂ ਦੇ ਪੂਰੀ ਤਿਆਰ ਹੋ ਚੁੱਕੀਆਂ ਨੇ ਤੇ ਜਨਵਰੀ ਜਾਂ ਦਸੰਬਰ ਦਸੰਬਰ ਜਾਂ ਜਨਵਰੀ ਉਦੋਂ ਤੱਕ ਇਹ ਚਾਹਣਾ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਤੇ ਇਸ ਸਬੰਧ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਇਸ ਸਮੇਂ ਅਕਾਲੀ ਦਲ ਦੋ ਧੜਿਆਂ ਵਿੱਚ ਵੰਡਿਆ ਜਾ ਚੁੱਕਾ ਹੈ ਉਹਦੇ ਵਿੱਚ ਇੱਕ ਧੜਾ ਸੁਖਬੀਰ ਸਿੰਘ ਬਾਦਲ ਦੇ ਨਾਲ ਹੈ ਤੇ ਦੂਜਾ ਧੜਾ ਇਸ ਸਮੇਂ ਬਾਕੀ ਅਕਾਲੀ ਦਲ ਅਕਾਲੀ ਲੀਡਰਾਂ ਦਾ ਜਿਹੜਾ ਕਿ ਇਹ ਦਾਵਾ ਕਰ ਰਿਹਾ ਹੈ ਕਿ ਉਹਨਾਂ ਵੱਲੋਂ ਅਕਾਲੀ ਦਲ ਦੇ ਵਿੱਚ ਸੁਧਾਰ ਲਿਆਉਣ ਦੇ ਲਈ ਇਹ ਅੰਦੋਲਨ ਕੀਤਾ ਗਿਆ ਹੈ ਦੇ ਨਾਲ ਨਾਲ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਕਿ ਅਕਾਲੀ ਸਰਕਾਰ ਤੇ ਮੌਕੇ ਬਹੁਤ ਸਾਰੀਆਂ ਗਲਤੀਆਂ ਹੀਆਂ ਭੁੱਲਾਂ ਹੀਆਂ ਉਸ ਦੇ ਵਿੱਚ ਉਹ ਸ਼ਾਮਲ ਸੀਗੇ ਇਸ ਗੱਲ ਕਰਕੇ ਉਹਨਾਂ ਅਕਾਲ ਤਖਤ ਸਾਹਿਬ ਦੇ ਉੱਤੇ ਪੱਤਰ ਵੀ ਦਿੱਤਾ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਉਹ ਇਸ ਇਹਨਾਂ ਗਲਤੀਆਂ ਨੂੰ ਮੰਨਦੇ ਤੇ ਉਹ ਸਜ਼ਾ ਭੁਗਤਣ ਲਈ ਤਿਆਰ ਨੇ ਉਨਾਵਰ ਨਵੀ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਸਰਗਰਮੀਆਂ ਦਿਖਾਈਆਂ ਜਾ ਰਹੀਆਂ ਨੇ ਦੂਜੀ ਵਾਰਸੇ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਵੀ ਇਹਨਾਂ ਚੋਣਾਂ ਨੂੰ ਲੈ ਕੇ ਸਰਗਰਮੀਆਂ ਦਿਖਾਈਆਂ ਜਾ ਰਹੀਆਂ ਨੇ ਤੇ ਤੀਜਾ ਥਿਰ ਤੀਜੀ ਥਿਰ ਜਿਹੜੀ ਹੈਗੀ ਆ ਉਹ ਹੈਗੀ ਆ ਭਾਈ ਅਮਰਤਪਾਲ ਸਿੰਘ ਭਾਈ ਅਮਰਤਪਾਲ ਸਿੰਘ ਇਸ ਸਮੇਂ ਡਿਬਰੂਗਲ ਜੇਲ੍ਹ ਦੇ ਵਿੱਚ ਨੇ ਬੰਦ ਨੇ ਤੇ ਉਹਨਾਂ ਨੂੰ ਖਡੂਰ ਸਾਹਿਬ ਤੋਂ ਪੰਜਾਬ ਦੇ ਲੋਕਾਂ ਨੇ ਚਿਤਾ ਕੇ ਸੰਸਦ ਦੇ ਵਿੱਚ ਭੇਜਿਆ ਤੇ ਉਹਨਾਂ ਦੇ ਪਿਤਾ ਜੀ ਇਸ ਸਮੇਂ ਕਾਫੀ ਸਰਗਰਮ ਨਜ਼ਰ ਆ ਰਹੇ ਨੇ ਉਹ ਪਿਛਲੇ ਦਿਨ ਪਟਿਆਲੇ ਵੀ ਆਏ ਸੀਗੇ ਹੋਰ ਨਾ ਸ਼ਹਿਰਾਂ ਦੇ ਵਿੱਚ ਵੀ ਜਾ ਰਹੇ ਨੇ ਜਿੱਥੇ ਉਹ ਸਿੱਖਾਂ ਨੂੰ ਲਾਂਬੰਦ ਕਰ ਰਹੇ ਨੇ ਇਹਨਾਂ ਸ਼ਰੋਮਣੀ ਕਮੇਟੀ ਦੀਆਂ ਚੋਣਾਂ ਵਾਸਤੇ ਉਹਨਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਵੱਧ ਤੋਂ ਵੱਧ ਵੋਟਾਂ ਬਣਾਓ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜੀਆਂ ਜਾ ਸਕਣ ਤੇ ਇਸ ਸਬੰਧ ਵਿੱਚ ਹੁਣ ਦੇਖਣ ਵਾਲੀ ਗੱਲ ਇਹ ਹੋ ਗਈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਿੱਖ ਸੰਗਤ ਹੈ ਉਹ ਕਿਹੜੀ ਧਿਰ ਨੂੰ ਹੰਗਾਰਾ ਦਿੰਦੀ ਹੈ ਜਿਹੜਾ ਬਾਦਲ ਕਾਜ਼ੀ ਦਾ ਚਾਹੁੰਦਾ ਜੋ ਇਸ ਸਮੇਂ ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਭਾਰੂ ਹੈ ਤੇ ਉਹ ਵੀ ਚਾਹੁੰਦਾ ਕਿ ਦੁਬਾਰਾ ਫੇਰ ਇਹ ਚੋਣਾਂ ਜਿੱਤੀ ਜਾਣ ਉਸ ਤੋਂ ਬਾਅਦ ਬਾਕੀ ਤੜਾ ਵੀ ਚਾਹੁੰਦਾ ਤੇ ਤੀਜੀ ਧਿਰ ਜਿਹੜੀ ਹੈਗੀ ਆ ਭਾਈ ਅਮਰਪਾਲ ਦੀ ਆ ਉਹ ਵੀ ਇਹੀ ਚਾਰ ਹੈ ਕਿ ਇਹ ਚੋਣਾ ਜਿੱਤਿਆ ਜਾਣਾ ਅਗਲੀ ਖਬਰ ਆਪਾਂ ਸੇ ਸਵਾਮਾਂ ਨਾਲ ਸੰਬੰਧਿਤ ਦੰਨੇ ਆ ਇਹ ਖਬਰ ਇਹ ਹੈ ਕਿ ਕੇਂਦਰ ਸਰਕਾਰ ਵੱਲੋਂ ਆਸ਼ੀਮਾਨ ਯੋਜਨਾ ਜਿਹੜੀ ਚਲਾਈ ਗਈ ਹੈ ਜਿਹੜਾ ਕਾਰਡ ਆਮ ਲੋਕਾਂ ਨੂੰ ਦਿੱਤਾ ਜਾਂਦਾ ਹੈ ਜਿਸ ਦੇ ਤਹਿਤ 5 ਲੱਖ ਤੱਕ ਫ੍ਰੀ ਇਲਾਜ ਕੀਤਾ ਜਾਂਦਾ ਹੈ ਹੁਣ ਸਰਕਾਰ ਵੱਲੋਂ ਇਹ ਫੈਸਲਾ ਲਿਆ ਜਾ ਰਿਹਾ ਹੈ ਕਿ ਇਸ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦੀ ਜਿਹੜੇ ਹੈਗਾ ਫ੍ਰੀ ਇਲਾਜ ਕੀਤਾ ਜਾ ਸਕਦਾ ਹੈ ਤੇ ਜਿਹੜੀ ਮਹਿਲਾਵਾਂ ਨੇ ਉਹਨਾਂ ਨੂੰ 15 ਲੱਖ ਰੁਪਏ ਤੱਕ ਦਾ ਇਹ ਜਿਹੜਾ ਮੁਫਤ ਇਲਾਜ ਕਰਵਾਉਣ ਦੀ ਆਗਿਆ ਹੋਵੇਗੀ ਤੇ ਹੁਣ ਇਹ ਸਬੰਧ ਵਿੱਚ ਸਰਕਾਰੀ ਤੌਰ ਤੇ ਪ੍ਰਕਿਰਿਆ ਚੱਲ ਰਹੀ ਹੈ ਪਰ ਪੰਜਾਬ ਦੇ ਵਿੱਚ ਇਹ ਸਬੰਧ ਇਸ ਕਾਰਡ ਨੂੰ ਲੈ ਕੇ ਕਾਫੀ ਸਮੇਂ ਤੋਂ ਕੇਂਦਰ ਸਰਕਾਰ ਨਾਲ ਟਕਰਾਅ ਚੱਲਿਆ ਜਾ ਰਿਹਾ ਹੈ ਤੇ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਕਈ ਹਸਪਤਾਲਾਂ ਦਾ ਭੁਗਤਾਨ ਨਾ ਕਰਨ ਕਰਕੇ ਆਮ ਲੋਕਾਂ ਦਾ ਜਿਹੜੇ ਜਦੋਂ ਉਹ ਜਾਂਦੇ ਨੇ ਇਸ ਇਲਾਜ ਕਰਨ ਤੋਂ ਇਨਕਾਰ ਕਰ ਦਿੱਤੇ ਜਾਂਦਾ ਇਸ ਸਬੰਧ ਵਿੱਚ ਪੰਜਾਬ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਇਸ ਜੋ ਉਹਨਾਂ ਦਾ ਬਣਦਾ ਭੁਗਤਾਨ ਆ ਉਹ ਕੀਤਾ ਜਾਵੇ ਤਾਂ ਜੋ ਲੋਕਾਂ ਦਾ ਇਲਾਜ ਸਮੇਂ ਸਿਰ ਹੋ ਸਕੇ ਹੁਣ ਜਿਸ ਤਰੀਕੇ ਨਾਲ ਸਰਕਾਰ ਵੱਲੋਂ ਇਹ ਰਕਮ ਵੀ ਵਧਾਈ ਜਾ ਰਹੀ ਹੈ ਤਾਂ ਉਹਦੇ ਨਾਲ ਆਮ ਲੋਕਾਂ ਨੂੰ ਇਸ ਦਾ ਫਾਇਦਾ ਹੋ ਸਕਦਾ ਹੈ। ਅਗਲੀ ਖਬਰ ਹਰਿਆਣਾ ਦੀ ਚੋਣਾਂ ਨੂੰ ਲੈ ਕੇ ਹੈ। ਹਰਿਆਣਾ ਦੇ ਵਿੱਚ ਇਸ ਸਮੇਂ ਆਮ ਆਦਮੀ ਪਾਰਟੀ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਹ ਇਕੱਲਿਆਂ ਹੀ ਸਾਰੀਆਂ ਦੀ ਸਾਰੀ ਸੀਟਾਂ ਦੇਤੇ ਚੋਣ ਲੜੇਗੀ। ਹੁਣ ਇਸ ਸਬੰਧ ਵਿੱਚ ਉਸ ਨੂੰ ਕਿੰਨਾ ਕੁ ਇਸ ਦਾ ਫਾਇਦਾ ਹੁੰਦਾ ਹੈ ਨਹੀਂ ਹੁੰਦਾ ਹੈਗਾ ਤੇ ਇਹਨਾਂ ਵੱਲੋਂ ਦਾਵਾ ਤਾਂ ਇਹੀ ਕੀਤਾ ਜਾਂਦਾ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ 'ਚ ਜਿਸ ਤਰੀਕੇ ਨਾਲ ਸਰਕਾਰ ਬਣਾਈ ਹੈ ਜਿਸ ਤਰ੍ਹਾਂ ਦੀ ਸਹੂਲਤਾਂ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾ ਰਹੀਆਂ ਨੇ ਉਹੋ ਜਿਹੀ ਸਹੂਲਤਾਂ ਹਰਿਆਣਾ ਦੇ ਲੋਕਾਂ ਨੂੰ ਵੀ ਦਿੱਤੀਆਂ ਜਾਣਗੀਆਂ ਇਸ ਗੱਲ ਦਾ ਲੋਕਾਂ ਤੇ ਕੀ ਅਸਰ ਹੁੰਦਾ ਹੈ ਇਹ ਸਮਾਂ ਦੱਸੇਗਾ ਪਰ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੇ ਹਰਿਆਣਾ ਦੇ ਵਿੱਚ ਚੋਣ ਲੜਨ ਦੇ ਨਾਲ ਇਸ ਦਾ ਫਾਇਦਾ ਭਾਜਪਨ ਹੁੰਦਾ ਹੈ ਕਿ ਕਾਂਗਰਸ ਨੂੰ ਹੁੰਦਾ ਹੈ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਪ੍ਰਸ਼ਨ ਹੈ ਇਸ ਸਮੇਂ ਹਰਿਆਣਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਦੂਜੇ ਪਾਸੇ ਜਿਸ ਤਿੱਕੇ ਨਾਲ ਹਾਲ ਹੀ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਨੂੰ ਲਾਭ ਹੋਇਆ ਜਿਸ ਤਿੱਕੇ ਨਾਲ ਉਸ ਨੇ ਕਾਰਗੁਜ਼ਾਰੀ ਦਿਖਾਈ ਹੈ ਉਸ ਨੂੰ ਦੇਖ ਕੇ ਜਿਹੜਾ ਹੈ ਕਾਂਗਰਸ ਇਹ ਦਾਵਾ ਕਰ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਰਿਆਣਾ ਚ ਉਹਨਾਂ ਦੀ ਸਰਕਾਰ ਬਣਨ ਜਾ ਰਹੀ ਹੈ ਉਹ ਬਣਦੀ ਹੈ ਕਿ ਨਹੀਂ ਬਣਦੀ ਹੈਗੀ ਪਰ ਆਮ ਆਦਮੀ ਪਾਰਟੀ ਨੂੰ ਕਿੰਨੀ ਕੁ ਸਫਲਤਾ ਮਿਲਦੀ ਹੈ ਕਿੰਨੀ ਨਹੀਂ ਮਿਲਦੀ ਇਹ ਵੀ ਆਪਣੇ ਆਪ ਦੇ ਵਿੱਚ ਬੜਾ ਵੱਡਾ ਪ੍ਰਸ਼ਨ ਚ ਨਾ ਪ੍ਰਸ਼ਨ ਹੈ ਪਰ ਇਹ ਹੈ ਕਿ ਇਸ ਸਮੇਂ ਜੋ ਹਰਿਆਣਾ ਦੇ ਵਿੱਚ ਸਰਗਰਮੀਆਂ ਚੱਲ ਰਹੀਆਂ ਨੇ ਉਸ ਦਾ ਅਸਰ ਪੰਜਾਬ ਦੇ ਵਿੱਚ ਵੀ ਹੈ ਪੰਜਾਬ ਦੀਆਂ ਕੁਝ ਪਾਰਟੀਆਂ ਉੱਥੇ ਸਰਗਰਮ ਨਜ਼ਰ ਆ ਰਹੀਆਂ ਨੇ ਬਾਕੀ ਦੇਖਦੇ ਆ ਆਉਣ ਵਾਲੇ ਸਮੇਂ ਚ ਕੀ ਹੁੰਦਾ ਹੈ ਇਹ ਸੀ ਅੱਜ ਤੱਕ ਦੀਆਂ ਜਿਹੜੀਆਂ ਪ੍ਰਮੁੱਖ ਖਬਰਾਂ ਨੇ ਆ ਸੀਗਾ ਜਿਨ੍ਹਾਂ ਦੇ ਉੱਤੇ ਆਪਾਂ ਗੱਲਬਾਤ ਕੀਤੀ ਹੈ ਟਿੱਪਣੀ ਕੀਤੀ ਹੈ ਤੇ ਕੱਲ ਨੂੰ ਕਿਸੇ ਜਿਹੜੀਆਂ ਹੋਰ ਪ੍ਰਮੁੱਖ ਖਬਰਾਂ ਹੋਣਗੇ ਉਹਨਾਂ ਨੂੰ ਲੈ ਕੇ ਤੁਹਾਡੇ ਰੂਪ ਰੂਪ ਹੋਵਾਂਗੇ ਉਦੋਂ ਤੱਕ ਮਿਲ ਨੂੰ ਦਿਓ ਆਗਿਆ ਸਤਿ ਸ੍ਰੀ ਅਕਾਲ ਖਬਰਾਂ ਦੇ ਨਜ਼ਰ ਹਾ ਹਾ